ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ, ਸਤ ਸੰਗਤ ਜੀ। ਜਿਵੇਂ ਆਪ ਜੀ ਨੂੰ ਪਤਾ ਹੈ, 20 ਅਪ੍ਰੈਲ ਆ ਰਹੀ ਔਰ 20 ਅਪ੍ਰੈਲ ਨੂੰ ਗੁਰਦੁਆਰਾ ਪਵਿੰਡ ਸਾਹਿਬ ਬਾਬਾ ਦੀਪ ਸਿੰਘ ਜੀ ਦੇ ਪਾਵਨ ਪਵਿੱਤਰ ਜਨਮ ਅਸਥਾਨ ਦੇ ਉੱਤੇ ਰਹਿਣ ਸਬਾਈ ਸਮਾਗਮ ਰੱਖਿਆ ਰਾਤ ਨੂੰ 9 ਵਜੇ ਤੋਂ ਅੰਮ੍ਰਿਤ ਵੇਲੇ 3 ਵਜੇ ਤੱਕ। ਮੇਰੀ ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ ਦੇ ਵਿੱਚ ਨਿਮਰਤਾ ਸਹਿਤ ਬੇਨਤੀ ਕਿ ਵਹੀਰਾਂ ਕੱਤ ਕੇ 200-200, 400-400, 500-500 ਪ੍ਰੇਮੀਆਂ ਨੂੰ ਪ੍ਰੇਰਨਾ ਕਰਕੇ, ਭਾਵੇਂ ਆਪਣੇ ਦਸਵੰਧ ਵਿੱਚੋਂ ਤੁਹਾਨੂੰ ਗੱਡੀਆਂ ਕਰਨੀਆਂ ਪੈਣ, ਟਰੱਕ ਕਰਨੇ ਪੈਣ, ਬੱਸਾਂ ਕਰਨੀਆਂ ਪੈਣ, ਸਭ ਨੇ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ। ਔਰ ਤੁਹਾਨੂੰ ਸਭ ਨੂੰ ਪਤਾ, ਜਿਸ ਜਗ੍ਹਾ 'ਤੇ ਵੀ ਅਸੀਂ ਰਹਿਣ ਸਬਾਈ ਸਮਾਗਮ ਕਰਦੇ ਹਾਂ, ਉੱਥੇ ਬਾਬਾ ਦੀਪ ਸਿੰਘ ਜੀ ਪ੍ਰਤੱਖ ਵਰਤਦੇ ਨੇ। ਇਹ ਤਾਂ ਬਾਬਾ ਦੀਪ ਸਿੰਘ ਜੀ ਦਾ ਸਥਾਨ ਹੈ। ਇੱਥੇ ਇੱਕ ਰਾਤ ਦੇ ਬਦਲੇ ਪਤਾ ਨਹੀਂ ਕਿੰਨੀਆਂ ਕੁ ਸਾਡੀਆਂ ਦੁੱਖਾਂ ਦੀਆਂ ਰਾਤਾਂ ਖੰਡੇ ਵਾਲੇ ਬਾਪੂ ਜੀ ਨੇ ਕੱਟਣੀਆਂ ਨੇ। ਔਰ ਮੈਂ ਗੁਰੂ ਪਿਤਾ ਜੀ ਦੀ ਗੋਦੀ ਵਿੱਚ ਬੈਠਾ ਕਹਿ ਰਿਹਾ। ਪਿਛਲੇ ਸਾਲ ਜਦੋਂ ਅਸੀਂ ਰਹਿਣ ਸਬਾਈ ਸਮਾਗਮ ਰੱਖਿਆ ਸੀ, 2 ਸਰੀਰ ਮੈਨੂੰ ਇਹੋ ਜਿਹੇ ਮਿਲੇ ਸੀ ਜਿਹੜੇ ਵੀਲ ਚੇਅਰ ਦੇ ਉੱਤੇ ਸੀ, ਜੋ ਕਮਰ ਤੋਂ ਥਲਵਾਂ ਹਿੱਸਾ ਉਹਨਾਂ ਦਾ ਕੰਮ ਨਹੀਂ ਸੀ ਕਰਦਾ। ਅਤੇ ਕੁਝ ਮਹੀਨਿਆਂ ਦੇ ਬਾਅਦ, ਰਹਿਣ ਸਬਾਈ ਹੋਣ ਤੋਂ ਕੁਝ ਮਹੀਨਿਆਂ ਦੇ ਬਾਅਦ, ਇੱਕ ਪਰਿਵਾਰ ਦਾ ਜੋ ਸਾਨੂੰ ਸੁਣਿਆ ਮਿਲਿਆ ਕਿ ਜਿਹੜਾ ਵੀਲ ਚੇਅਰ 'ਤੇ ਸੀ ਸਾਡੇ ਘਰ ਦਾ ਮੈਂਬਰ, ਗੁਰੂ ਰਾਮਦਾਸ ਬਾਬਾ ਦੀਪ ਸਿੰਘ ਜੀ ਨੇ ਤਰਸ ਕੀਤਾ, ਰਹਿਮਤ ਕੀਤੀ, ਉਹ ਬਿਲਕੁਲ ਤੰਦਰੁਸਤ ਹੋ ਗਿਆ। ਇਹ ਮੇਰੀ ਬੇਨਤੀ ਹੈ, ਇਹ ਕੋਈ ਅਤਕਥਨੀ ਵਾਲੀ ਗੱਲ ਨਹੀਂ। ਜੇ ਉਹ ਪਰਿਵਾਰ ਹਾਜ਼ਰ ਹੋਏਗਾ, ਸੰਗਤ ਦੇ ਵਿੱਚ ਵੀ ਉਹ ਪਰਿਵਾਰ ਨੂੰ ਖੜ੍ਹਾ ਕਰਾ ਦੇਵਾਂਗੇ ਕਿ ਬਾਬਾ ਦੀਪ ਸਿੰਘ ਜੀ ਕਿਵੇਂ ਪ੍ਰਤੱਖ ਹੋ ਕੇ ਵਰਤਦੇ ਨੇ। ਔਰ ਇਹਦਾ ਕੋਈ ਗਲਤ ਮੈਸੇਜ ਵੀ ਨਾ ਆਪਣੇ ਅੰਦਰ ਵਸਾ ਲੈਣਾ ਕਿ ਜਦੋਂ ਵੀ ਕੋਈ ਰੋਗ ਲੱਗੇ ਤਾਂ ਅਸੀਂ ਦਵਾਈ ਨਹੀਂ ਖਾਣੀ। ਗੱਲ ਬਸ ਇੰਨੀ ਹੈ, ਦਵਾਈ ਖਾਣੀ ਪਰ ਨਿਤਨੇਮ ਵਧਾ ਕੇ ਆਸਰਾ ਦਵਾਈ ਦਾ ਨਹੀਂ ਤੱਕਣਾ, ਖੰਡੇ ਵਾਲੇ ਬਾਪੂ ਜੀ ਦਾ ਤੱਕਣਾ। ਫਿਰ ਆਪੇ ਉਹ ਰਹਿਮਤਾਂ ਕਰਦੇ ਨੇ, ਆਪੇ ਉਹ ਬਖਸ਼ਿਸ਼ਾਂ ਕਰਦੇ ਨੇ। ਆਓ 20 ਤਰੀਕ ਨੂੰ ਵੱਧ ਤੋਂ ਵੱਧ ਸਾਰੇ ਪਰਿਵਾਰਕ ਮੈਂਬਰ, ਸਾਰੇ ਰੁਝੇਵਿਆਂ ਨੂੰ ਛੱਡ ਕੇ, ਜੋ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਦਾ ਜਨਮ ਅਸਥਾਨ ਪਵਿੰਡ ਸਾਹਿਬ, ਜੋ ਪਹੁੰਚਣ ਦੀ ਕਿਰਪਾਲਤਾ ਕਰੋ। ਇਹ ਅਸਥਾਨ ਭਿੱਖੀਵਿੰਡ ਦੇ ਨੇੜੇ, ਗੂਗਲ 'ਤੇ ਤੁਸੀਂ ਸਰਚ ਕਰ ਲਓਗੇ, ਸਾਰੀ ਡਿਟੇਲ ਆ ਜਾਏਗੀ। ਅਤੇ ਜੇ ਕਿਸੇ ਨੂੰ ਨਾ ਪਤਾ ਲੱਗੇ, ਉਹ ਦੁਪਹਿਰੀ 3 ਵਜੇ ਦੇ ਕਰੀਬ ਕਰੀਬ, ਸਾਰੇ ਪ੍ਰੇਮੀ ਦੁਪਹਿਰੀ 3 ਵਜੇ ਦੇ ਕਰੀਬ ਕਰੀਬ ਬੀਬੀ ਕੌਲਾਂ ਜੀ ਭਲਾਈ ਕੇਂਦਰ, ਤਰਨ ਤਾਰਨ ਰੋਡ, ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪਹੁੰਚ ਜਾਣ। ਉੱਥੋਂ ਫਿਰ ਗੱਡੀਆਂ ਦਾ ਪ੍ਰਬੰਧ ਹੋਏਗਾ ਜਿਹੜੀਆਂ ਤੁਹਾਨੂੰ ਪਵਿੰਡ ਸਾਹਿਬ ਲੈ ਵੀ ਜਾਣਗੀਆਂ ਔਰ ਵਾਪਸੀ ਛੱਡ ਵੀ ਦੇਣਗੀਆਂ। ਔਰ ਯਾਦ ਰੱਖਿਓ, ਮੌਸਮ ਭਾਵੇਂ ਜਿਹੋ ਜਿਹਾ ਮਰਜ਼ੀ ਬਣ ਜਾਏ, ਬਾਰਿਸ਼ ਵਾਲਾ ਬਣ ਜਾਏ, ਜਿਹੋ ਜਿਹਾ ਮਰਜ਼ੀ, ਜਦੋਂ ਵੱਡੀਆਂ ਬਖਸ਼ਿਸ਼ਾਂ ਲੈਣੀਆਂ ਅਤੇ ਆਹ ਚੀਜ਼ਾਂ ਦੀ ਪਰਵਾਹ ਨਹੀਂ ਆਪਾਂ ਕਰਨੀ। ਆਓ ਇੱਕ ਰਾਤ ਬਾਬਾ ਦੀਪ ਸਿੰਘ ਜੀ ਦੇ ਲੇਖੇ ਲਾਈਏ ਔਰ ਬਾਪੂ ਖੰਡੇ ਵਾਲੇ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ, ਆਪਣੇ ਜਨਮਾਂ ਜਨਮਾਂ ਦੇ ਦੁੱਖਾਂ ਤਕਲੀਫਾਂ ਨੂੰ ਕਟਾਈਏ। ਔਰ ਇਹ ਸਾਰਾ ਪ੍ਰੋਗਰਾਮ ਸਾਡੇ ਯੂਟਿਊਬ ਚੈਨਲ ਭਾਈ ਅਮਨਦੀਪ ਸਿੰਘ ਜੀ ਅਫੀਸ਼ੀਅਲ ਚੈਨਲ ਦੇ ਉੱਤੇ ਔਰ PTC ਸਿਮਰਨ ਦੇ ਉੱਤੇ ਲਾਈਵ ਦਿਖਾਇਆ ਜਾਏਗਾ। ਵੱਧ ਤੋਂ ਵੱਧ ਇਸ ਮੈਸੇਜ ਨੂੰ ਸ਼ੇਅਰ ਕਰ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦਾ, ਬਾਬਾ ਦੀਪ ਸਿੰਘ ਸਾਹਿਬ ਜੀ ਦਾ ਸੰਗਤ ਰੂਪੀ ਪਰਿਵਾਰ, ਬਾਬਾ ਦੀਪ ਸਿੰਘ ਜੀ ਦੇ ਇਸ ਪਾਵਨ ਪਵਿੱਤਰ ਅਸਥਾਨ 'ਤੇ ਇਕੱਤਰਿਤ ਹੋਇਆ ਔਰ ਹੋ ਰਿਹਾ। ਸਭ ਤੋਂ ਪਹਿਲਾਂ ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ ਦੇ ਉੱਤੇ ਸਿਰ ਝੁਕਾ ਕੇ ਮੈਂ ਮੱਥਾ ਟੇਕ ਰਿਹਾ। ਮੇਰਾ ਟੇਕਿਆ ਹੋਇਆ ਮੱਥਾ ਕਰੋ ਪ੍ਰਵਾਨ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾ ਲਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਆਓ ਉਸੇ ਕੜੀ ਨੂੰ ਅਸੀਂ ਅੱਗੇ ਤੋਰਨ ਦਾ ਯਤਨ ਕਰੀਏ। ਰੋਜ਼ਾਨਾ ਦੀ ਤਰ੍ਹਾਂ ਭਾਵਨਾ ਉਹ ਹੀ ਬਣਾਓ, ਗੁਰੂ ਗ੍ਰੰਥ ਸਾਹਿਬ ਦੇ ਰੂਪ ਦੇ ਵਿੱਚ
ਹਾਜ਼ਰ ਨਾਜ਼ਰ ਗੁਰੂ ਰਾਮਦਾਸ ਬਾਪੂ ਚਮਕੜਾ ਮਾਰ ਕੇ ਬੈਠੇ। ਚਰਨਾਂ ਵਿੱਚ ਕੌਣ ਬੈਠਾ? ਆਖੋ ਧੰਨ ਬਾਬਾ ਦੀਪ ਸਿੰਘ ਜੀ। ਤੇ 7-8 ਮਿੰਟ ਪਹਿਲੇ ਵਾਹਿਗੁਰੂ ਗੁਰਮੰਤਰ ਦਾ ਜਾਪ ਆਪਾਂ ਰਲ ਮਿਲ ਕੇ ਕਰੀਏ, ਉਸ ਤੋਂ ਬਾਅਦ ਜਿਵੇਂ ਬਾਪੂ ਜੀ ਕਿਰਪਾ ਕਰਨਗੇ ਆਪ ਜੀਆਂ ਦੇ ਦਰਸ਼ਨ ਕਰਾਂਗੇ। ਬਹੁਤ ਵੱਡਾ ਦਿਨ ਅੱਜ ਖਾਲਸੇ ਪੰਥ ਦਾ ਸਾਜਨਾ ਦਿਵਸ, ਸਤਿਗੁਰੂ ਕਿਰਪਾ ਕਰਨ ਮੇਰੀ ਰਸਨਾ 'ਤੇ ਬਹਿਣ, ਆਪ ਬਖਸ਼ਿਸ਼ਾਂ ਕਰਕੇ ਸਾਰੀਆਂ ਸੇਵਾਵਾਂ ਲੈਣ। ਆਓ ਜੀ ਪਹਿਲੇ ਕੁਝ ਕੁ ਮਿੰਟ ਆਪਾਂ ਵਾਹਿਗੁਰੂ ਗੁਰਮੰਤਰ ਦਾ ਜਾਪ ਕਰ ਲਈਏ। ਸਤਨਾਮ 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 ਜੀ, ਵਾਹਿਗੁਰੂ 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 ਜੀ, ਜਪੋ ਸਤਨਾਮ 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 ਜੀ, ਵਾਹਿਗੁਰੂ 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 ਜੀ। ਸਾਰੇ ਸਤਨਾਮ 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 ਜੀ, ਵਾਹਿਗੁਰੂ 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 ਜੀ, ਵਾਹਿਗੁਰੂ 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 ਜੀ, ਵਾਹਿਗੁਰੂ 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 ਜੀ, ਸ੍ਰੀ ਵਾਹਿਗੁਰੂ ਜੀ ਵਾਹਿਗੁਰੂ ਜੀ, ਸ੍ਰੀ ਵਾਹਿਗੁਰੂ ਜੀ ਸ੍ਰੀ ਵਾਹਿਗੁਰੂ ਜੀ। ਸਤਨਾਮ 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 ਜੀ, ਵਾਹਿਗੁਰੂ 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 ਜੀ। ਸਤਨਾਮ 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 ਜੀ, ਵਾਹਿਗੁਰੂ 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 ਜੀ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈ, ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ, ਆਦ ਸਚ ਜੁਗਾਦ ਸਚ ਹੈ ਪੀ ਸਚ, ਨਾਨਕ ਹੋਸੀ ਪੀ ਸਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈ, ਅਕਾਲ ਮੂਰਤ ਅਜੂਨੀ ਗੁਰ ਪ੍ਰਸਾਦ ਜਪ, ਆਦ ਸਚ ਜੁਗਾਦ ਸਚ ਹੈ ਪੀ ਸਚ, ਨਾਨਕ ਹੋਸੀ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈ, ਅਕਾਲ ਮੂਰਤ ਅਜੂਨੀ ਗੁਰ ਪ੍ਰਸਾਦ ਜਪ। ਸਾਰੇ ਆਦ ਸਚ ਜੁਗਾਦ ਸਚ ਹੈ ਪੀ ਸਚ, ਨਾਨਕ ਹੋਸੀ ਪੀ ਸਚ। ਇੱਕ ਓਅੰਕਾਰ ਕਰਤਾ ਪੁਰਖ ਨਿਰਭਉ ਨਿਰਵੈ, ਅਕਾਲ ਮੂਰਤ ਅਜੂਨੀ ਗੁਰ ਪ੍ਰਸਾਦ ਜਪ, ਆਦ ਸਚ ਜੁਗਾਦ ਸਚ ਹੈ ਪੀ ਸਚ, ਨਾਨਕ ਹੋਸੀ ਪੀ ਸਚ। ਮੈਂ ਤੇਰਾ ਮੈਂ ਤੇਰਾ ਮੈਂ ਤੇਰਾ ਤੂੰ ਮੇਰਾ, ਤੇਰਾ ਮੈਂ ਤੇਰਾ ਮੈਂ ਤੇਰਾ ਤੂੰ ਮੇਰਾ, ਮੈਂ ਤੇਰਾ ਮੈਂ ਤੇਰਾ
ਮੈਂ ਤੇਰਾ ਤੂੰ ਮੇਰਾ, ਮੈਂ ਤੇਰਾ ਮੈਂ ਤੇਰਾ, ਮੈਂ ਤੇਰਾ ਤੂੰ ਮੇਰਾ। ਧੰਨ ਗੁਰੂ ਰਾਮਦਾਸ ਜੀ, ਗੁਰੂ ਰਾਮਦਾਸ ਜੀ, ਬਾਬਾ ਦੀਪ ਸਿੰਘ ਜੀ, ਬਾਬਾ ਦੀਪ ਸਿੰਘ ਜੀ। ਸਾਰੇ ਕਵੋ ਮੈਂ ਤੇਰਾ ਮੈਂ ਤੇਰਾ, ਮੈਂ ਤੇਰਾ ਤੂੰ ਮੇਰਾ, ਮੈਂ ਤੇਰਾ ਮੈਂ ਤੇਰਾ, ਮੈਂ ਤੇਰਾ ਤੂੰ ਮੇਰਾ, ਮੈਂ ਤੇਰਾ ਮੈਂ ਤੇਰਾ, ਮੈਂ ਤੇਰਾ ਤੂੰ ਮੇਰਾ, ਮੈਂ ਤੇਰਾ ਮੈਂ ਤੇਰਾ, ਮੈਂ ਤੇਰਾ ਤੂੰ ਮੇਰਾ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਬਾਬਾ ਦੀਪ ਸਿੰਘ ਜੀ, ਬਾਬਾ ਦੀਪ ਸਿੰਘ ਜੀ। ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ, ਗੱਜ ਕੇ ਵਾਹਿ ਗੁਰੂ 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 ਵਾਹਿ। ਅਜੇ ਸਾਰੇ ਨਹੀਂ ਬੋਲ ਰਹੇ। ਵਾਹਿ ਗੁਰੂ 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 ਵਾਹਿ। ਹੋਰ ਉੱਚੀ ਗੁਰੂ ਵਾਹਿ ਗੁਰੂ ਵਾਹਿ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ। ਸਤਨਾਮ 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 ਜੀ, ਵਾਹਿਗੁਰੂ 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 ਜੀ। ਸਤਨਾਮ 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 ਜੀ, ਹੋ ਵਾਹਿਗੁਰੂ ਵਾਹਿਗੁਰੂ ਵਾਹਿ ਗੁਰੂ ਜੀ। ਬੋਲੇ ਸੋ ਨਿਹਾਲ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਪਹਿਲੀ ਬੇਨਤੀ ਧਿਆਨ ਨਾਲ ਸੁਣਿਓ। ਕ੍ਰੋਧ ਵਿੱਚ ਅਤੇ ਦੁੱਖ ਦੇ ਵਿੱਚ, ਕ੍ਰੋਧ ਦੀ ਸਥਿਤੀ 'ਚ, ਦੁੱਖ ਦੀ ਸਥਿਤੀ ਦੇ ਵਿੱਚ ਸੋਚੀਆਂ ਗਈਆਂ ਗੱਲਾਂ ਕਈ ਵਾਰੀ ਸਾਨੂੰ ਸੱਚ ਤੱਕ ਨਹੀਂ ਪਹੁੰਚਣ ਦਿੰਦੀਆਂ। ਮੈਂ ਫਿਰ ਦੁਹਰਾ ਰਿਹਾ, ਕ੍ਰੋਧ ਅਤੇ ਦੁੱਖ ਦੀ ਸਥਿਤੀ ਦੇ ਵਿੱਚ ਸੋਚੀਆਂ ਗਈਆਂ ਗੱਲਾਂ ਕਈ ਵਾਰੀ ਸਾਨੂੰ ਸੱਚ ਤੱਕ ਨਹੀਂ ਪਹੁੰਚਣ ਦਿੰਦੀਆਂ। ਕ੍ਰੋਧ ਵਿੱਚ ਬੰਦਾ ਅੱਗ ਬਬੂਲਾ ਹੋ ਗਿਆ, ਮੈਂ ਆਹ ਕਰ ਦੇਣਾ, ਮੈਂ ਉਹ ਕਰ ਦੇਣਾ, ਮੈਂ ਇੱਦਾਂ ਕਰ ਦੇਣਾ, ਉਹਨੇ ਮੈਨੂੰ ਇੱਦਾਂ ਕਿਹਾ। ਸੱਚ ਤੱਕ ਕ੍ਰੋਧ ਨੇ ਪਹੁੰਚਣ ਨਹੀਂ ਦਿੱਤਾ ਕਿ ਗੱਲ ਕਿੱਦਾਂ ਹੈ, ਟੋਟਲ ਮੇਨ ਜੜ੍ਹ ਤੱਕ ਨਹੀਂ ਪਹੁੰਚਣ ਦਿੱਤਾ।
ਕ੍ਰੋਧ ਤੇ ਜਦੋਂ ਬੰਦੇ ਨੂੰ ਕਿਤੇ ਬਹੁਤਾ ਦੁੱਖ ਹੋਵੇ ਨਾ ਦੁੱਖ, ਉਦੋਂ ਵੀ ਕਈ ਵਾਰੀ ਇਹੋ ਜਿਹੀਆਂ ਗੱਲਾਂ ਕਰਦਾ ਜਿਹੜੀਆਂ ਸੱਚ ਤੱਕ ਪਹੁੰਚਣ ਨਹੀਂ ਦਿੰਦੀਆਂ, ਦੂਰ ਕਰ ਦਿੰਦੀਆਂ ਨੇ ਸੱਚਾਈ ਤੋਂ। ਕ੍ਰੋਧ ਤੇ ਦੁੱਖ ਦੀ ਸਥਿਤੀ ਦੇ ਵਿੱਚ ਸੋਚੀਆਂ ਗਈਆਂ ਗੱਲਾਂ ਪਿਆਰਿਓ ਸਾਨੂੰ ਸੱਚ ਤੱਕ ਨਹੀਂ ਪਹੁੰਚਣ ਦਿੰਦੀਆਂ। ਇਹ ਮੇਰੀ ਬੇਨਤੀ ਹੈ, ਕਿਸੇ ਵੀ ਪਰਿਸਥਿਤੀ ਦੇ ਵਿੱਚ ਸੱਚ ਨੂੰ ਸਮਝਣ ਦੇ ਲਈ, ਸੱਚ ਤੱਕ ਪਹੁੰਚਣ ਦੇ ਲਈ ਮਨ ਦਾ ਸ਼ਾਂਤ ਹੋਣਾ ਬੜਾ ਜ਼ਰੂਰੀ ਹੈ। ਹੈ ਜੀ, ਕਿਸੇ ਵੀ ਪਰਿਸਥਿਤੀ ਦੇ ਵਿੱਚ ਸੱਚ ਤੱਕ ਪਹੁੰਚਣ ਲਈ ਨਾ ਮਨ ਦਾ ਸ਼ਾਂਤ ਹੋਣਾ ਬੜਾ ਜ਼ਰੂਰੀ ਹੈ। ਜੇ ਮਨ ਦੁੱਖ ਦੀ ਸਥਿਤੀ ਵਿੱਚ ਹੈ ਤਾਂ ਵੀ ਸੱਚ ਤੱਕ ਨਹੀਂ ਪਹੁੰਚੇਗਾ, ਜੇ ਮਨ ਕ੍ਰੋਧ ਦੀ ਸਥਿਤੀ ਦੇ ਵਿੱਚ ਤਾਂ ਵੀ ਸੱਚ ਤੱਕ ਨਹੀਂ ਪਹੁੰਚੇਗਾ। ਮਨ ਸ਼ਾਂਤ ਹੋਣਾ ਬੜਾ ਜ਼ਰੂਰੀ, ਅਤੇ ਮਨ ਸ਼ਾਂਤ ਹੁੰਦਾ ਉਦੋਂ ਹੀ ਹੈ ਜਦੋਂ ਬੰਦਾ ਅੰਮ੍ਰਿਤ ਵੇਲਾ ਸੰਭਾਲਦਾ, ਜਦੋਂ ਬੰਦਾ ਬਾਣੀ ਨਾਲ ਜੁੜਦਾ, ਜਦੋਂ ਬੰਦਾ ਬਾਣੇ ਨਾਲ ਜੁੜਦਾ, ਜਦੋਂ ਆ ਸਤਸੰਗਤ ਦੀਆਂ ਘੜੀਆਂ ਨਾਲ ਜੁੜਦਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਕਿਸੇ ਵੀ ਗੱਲ ਦੀ ਸੱਚਾਈ, ਕਿਸੇ ਵੀ ਗੱਲ ਦੀ ਤਹਿ ਤੱਕ ਪਹੁੰਚਣ ਲਈ ਮਨ ਨੂੰ ਸ਼ਾਂਤ ਰੱਖਣਾ ਬੜਾ ਜ਼ਰੂਰੀ ਹੈ, ਫਿਰ ਬੰਦਾ ਕਿਸੇ ਨਿਚੋੜ 'ਤੇ ਪਹੁੰਚੇਗਾ। ਨਹੀਂ ਤਾਂ ਫਿਰ ਦੀਵਾਰਾਂ ਘਟਣ ਦੀ ਜਗ੍ਹਾ 'ਤੇ ਵੱਧਦੀਆਂ ਜਾਣਗੀਆਂ, ਵੱਧਦੀਆਂ ਜਾਣਗੀਆਂ। ਅਗਲੀ ਗੱਲ ਸੁਣਿਆ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਇਹ ਬੜੇ ਇੱਕ ਰੰਗੇ ਹੋਏ ਗੁਰਸਿੱਖ ਦੇ ਕੋਲ ਮੈਂ ਬੈਠਾ ਸਾਂ, ਆਪਸ 'ਚ ਗੱਲਾਂ ਚੱਲੀਆਂ ਅਤੇ ਕੁਦਰਤੀ ਇਹ ਗੱਲ ਆ ਗਈ ਸਾਹਮਣੇ। ਕਹਿੰਦੇ ਜਿਹੜੇ ਲੋਕ ਤੁਹਾਡੀ ਬੁਰਿਆਈ ਕਰਦੇ ਨੇ ਨਾ ਉਹਨਾਂ ਨੇ ਕਰਨੀ ਹੈ, ਜਿਹੜੇ ਤੁਹਾਡੀ ਬੁਰਿਆਈ ਕਰਦੇ ਆ ਨਾ ਉਹਨਾਂ ਨੇ ਕਰਨੀ ਹੈ। ਤੁਸੀਂ ਜਿੰਨਾ ਮਰਜ਼ੀ ਚੰਗਾ ਕਰੋ, ਬੁਰਾ ਕਰੋ, ਜਿਨ੍ਹਾਂ ਨੇ ਬੁਰਿਆਈ ਕਰਨੀ ਉਹਨਾਂ ਨੇ ਬੁਰਿਆਈ ਕਰਨੀ ਹੈ। ਇਸ ਕਰਕੇ ਸ਼ਾਂਤ ਰਹਿ ਕੇ ਆਪਣਾ ਕਰਮ ਕਰਦੇ ਜਾਓ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਜਿਨ੍ਹਾਂ ਨੇ ਬੁਰਿਆਈ ਕਰਨੀ ਹੈ ਨਾ ਉਹਨਾਂ ਨੇ ਕਰਨੀ ਹੀ ਕਰਨੀ। ਇਸ ਕਰਕੇ ਤੁਸੀਂ ਸ਼ਾਂਤ ਰਹਿ ਕੇ ਆਪਣਾ ਕਰਮ ਕਰਦੇ ਜਾਓ, ਨਿੰਦਿਆ ਤੋਂ ਘਬਰਾਓ ਨਾ, ਨਿੰਦਿਆ ਤੋਂ ਘਬਰਾਓ ਨਾ, ਕਿਉਂਕਿ ਨਿੰਦਿਆ ਵੀ ਉਹਨਾਂ ਦੀ ਹੁੰਦੀ ਹੈ, ਨਿੰਦਾ ਵੀ ਉਹਨਾਂ ਦੀ ਹੁੰਦੀ ਜਿਹੜੇ ਜਿੰਦਾ ਨੇ। ਹੈ ਜੀ, ਨਿੰਦਾ ਵੀ ਉਹਨਾਂ ਦੀ ਹੁੰਦੀ ਜਿਹੜੇ ਜਿੰਦਾ ਨੇ, ਮਰਨ ਤੋਂ ਬਾਅਦ ਤਾਂ ਲੋਕ ਸਿਰਫ ਤਾਰੀਫਾਂ ਹੀ ਕਰਦੇ ਨੇ, ਬੜਾ ਚੰਗਾ ਹੁੰਦਾ ਸੀ ਉਹ, ਤਾਂ ਇੱਦਾਂ ਭਾਵੇਂ ਕਰਦਾ ਕੱਖ ਵੀ ਨਾ ਹੋਵੇ। ਅਰਦਾਸ ਵਿੱਚ ਤਾਂ ਵੀ ਕਿਹਾ ਜਾਂਦਾ ਜੀ, ਗੁਰਮੁਖ ਆਤਮਾ ਗਈ ਹੈ ਇਹਨੂੰ ਆਪਣੇ ਚਰਨਾਂ 'ਚ ਨਿਵਾਸ ਦੇਣਾ। ਹੈ ਜੀ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਨਿੰਦਾ ਵੀ ਜਿੰਦਾ ਬੰਦਿਆਂ ਦੀ ਹੁੰਦੀ ਹੈ, ਮਰਨ ਤੋਂ ਬਾਅਦ ਤਾਂ ਤਾਰੀਫਾਂ ਹੁੰਦੀਆਂ। ਇਸ ਕਰਕੇ ਨਿੰਦਿਆ ਦੇ ਡਰ ਤੋਂ ਆਪਣੇ ਲਕਸ਼ ਤੋਂ ਪਿੱਛੇ ਨਾ ਹਟੋ। ਲੋਕ ਕੀ ਕਹਿਣਗੇ, ਕਹਿੰਦੇ ਰਹਿਣ ਬਸ ਆਹ ਵੇਖੋ ਮੇਰੇ ਕਰਮ ਸਹੀ ਨੇ ਅਤੇ ਮੇਰਾ ਮਾਲਕ ਮੈਨੂੰ ਕੀ ਕਹਿ ਰਿਹਾ, ਮੇਰਾ ਮਾਲਕ ਮੈਨੂੰ ਕੀ ਉਪਦੇਸ਼ ਦੇ ਰਿਹਾ, ਗੁਰਮਤ ਕੀ ਕਹਿ ਰਹੀ ਹੈ, ਮੈਂ ਉਸ ਦਾਇਰੇ 'ਚ ਚੱਲ ਰਹੀ ਹਾਂ ਜਾਂ ਚੱਲ ਰਿਹਾ ਕਿ ਨਹੀਂ ਚੱਲ ਰਿਹਾ। ਬਸ ਆਹ ਚੀਜ਼ ਵੇਖਿਆ ਕਰੋ, ਲੋਕਾਂ ਦੀ ਪਰਵਾਹ ਹੀ ਨਹੀਂ ਕਰਨੀ। ਹੈ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਇਹਨਾਂ ਨੇ ਜਿਉਣ ਨਹੀਂ ਦੇਣਾ, ਚੰਗਾ ਕਰੋ ਤਾਂ ਨਹੀਂ, ਮੰਦਾ ਕਰੋ ਤਾਂ ਨਹੀਂ, ਅਸੀਂ ਕਰਨਾ ਚੰਗਾ ਹੀ ਹੈ, ਕਰਨਾ ਗੁਰਮਤਾਸ਼ੀ ਅਨੁਸਾਰ ਹੀ ਹੈ, ਪਰ ਇਹਨਾਂ ਦੀ ਪਰਵਾਹ ਨਹੀਂ ਕਰਨੀ। ਇਹ ਮੇਰੀ ਬੇਨਤੀ ਹੈ, ਬੇਨਤੀ। ਪਿਆਰ ਨਾਲ ਲੱਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ, ਧੰਨ ਬਾਬਾ ਦੀਪ ਸਿੰਘ ਜੀ। ਇੱਕ ਹਿੰਦੂ ਧਰਮ ਦੇ ਮਹਾਂਪੁਰਸ਼ ਸੀ, ਕਿਉਂਕਿ ਸਾਡਾ ਤਾਂ ਸਾਰਿਆਂ ਨਾਲ ਵਿਚਰਨਾ ਹੈ ਨਾ, ਸਾਨੂੰ ਤਾਂ ਸਿੱਖਣਾ ਹੈ। ਮੈਂ ਜਿਵੇਂ
ਤਿੰਨ ਚਾਰ ਦਿਨ ਪਹਿਲੇ ਵੀ ਇੱਕ ਬੇਨਤੀ ਕੀਤੀ ਸੀ, ਅਸੀਂ ਤਾਂ ਨਿੱਕੀ ਜਿਹੀ ਕੀੜੀ ਤੋਂ ਵੀ ਗੁਣ ਲੈ ਲੈਣੇ ਨੇ, ਅਸੀਂ ਤਾਂ ਇੱਕ ਮੰਗਤੇ ਤੋਂ ਵੀ ਸਿੱਖ ਲੈਣਾ, ਕਿਉਂਕਿ ਸਾਡਾ ਨਾਮ ਹੀ ਸਿੱਖ ਹੈ ਸਿੱਖ। ਗਿਆਨੀ ਸੰਤ ਸਿੰਘ ਮਸਕੀਨ ਜੀ ਦੀ ਇੱਕ ਦਿਨ ਮੈਂ ਟੇਪ ਸੁਣ ਰਿਹਾ ਸਾਂ, ਕਹਿੰਦੇ ਜਿਹੜਾ ਬੰਦਾ ਕਹਿੰਦਾ ਨਾ ਮੈਂ ਸਿੱਖ ਲਿਆ, ਕਹਿੰਦੇ ਉਹਦੇ ਵਰਗਾ ਝੂਠਾ ਕੋਈ ਨਹੀਂ, ਇਹ ਤਾਂ ਲਾਸਟ ਮੂਮੈਂਟ ਤੱਕ ਵੀ ਤੂੰ ਸਿੱਖਣਾ ਸਿੱਖਣਾ। ਉਹ ਹਿੰਦੂ ਧਰਮ ਦੇ ਮਹਾਂਪੁਰਸ਼ ਬੈਠੇ ਅਤੇ ਕੁਦਰਤੀ ਗੱਲ ਚੱਲ ਪਈ, ਜਿਹੜੀ ਪਹਿਲੀ ਮੈਂ ਗੱਲ ਕੀਤੀ ਨਾ, ਨਿੰਦਿਆ ਤੋਂ ਘਬਰਾਉਣਾ ਨਹੀਂ, ਨਿੰਦਿਆ ਵੀ ਜਿੰਦਾ ਬੰਦਿਆਂ ਦੀ ਹੁੰਦੀ ਹੈ, ਮਰਨ ਤੋਂ ਬਾਅਦ ਤਾਂ ਤਾਰੀਫਾਂ ਹੁੰਦੀਆਂ। ਐਵੇਂ ਲੋਕਾਂ ਨੂੰ ਖੁਸ਼ ਨਾ ਕਰਦੇ ਫਿਰੋ, ਉਹ ਕੀ ਕਹੇਗਾ, ਉਹ ਕਿੱਦਾਂ ਕਰੇਗਾ, ਲੋਕਾਂ ਦੀ ਖੁਸ਼ੀ ਨਹੀਂ ਆਪਾਂ ਵੇਖਣੀ, ਆਪਾਂ ਵੇਖਣੀ ਆਪਣੇ ਗੁਰੂ ਰਾਮਦਾਸ ਦੀ ਖੁਸ਼ੀ, ਅਸੀਂ ਵੇਖਣੀ ਆਪਣੇ ਖੰਡੇ ਵਾਲੇ ਬਾਪੂ ਦੀ ਖੁਸ਼ੀ, ਅਸੀਂ ਵੇਖਣੀ ਕਲਗੀਧਰ ਜੀ ਦੀ ਖੁਸ਼ੀ। ਹੈਂਜੀ, ਸਾਡਾ ਮਾਲਕ ਸਾਨੂੰ ਕੀ ਕਹਿ ਰਿਹਾ, ਸਾਨੂੰ ਉਹਨਾਂ ਦੀ ਖੁਸ਼ੀ ਕਿਵੇਂ ਮਿਲੇ, ਅਸੀਂ ਤਾਂ ਆਹ ਚੀਜ਼ ਵੇਖਣੀ ਹੈ। ਉਹ ਮਹਾਂਪੁਰਸ਼ ਪਤਾ ਕੀ ਕਹਿੰਦੇ, ਕਹਿੰਦੇ ਰਮਾਇਣ ਦਾ ਅੰਤਮ ਗਿਆਨ ਕੀ ਹੈ, ਮੈਨੂੰ ਸਮਝ ਨਹੀਂ ਆਈ ਗੱਲ ਦੀ ਉਸ ਟਾਈਮ, ਕਹਿੰਦੇ ਰਮਾਇਣ ਦਾ ਅੰਤਮ ਗਿਆਨ ਕੀ, ਮੈਂ ਕਿਹਾ ਜੀ ਤੁਸੀਂ ਦੱਸੋ। ਕਹਿੰਦੇ ਰਮਾਇਣ ਦਾ ਅੰਤਮ ਗਿਆਨ ਪਤਾ ਕੀ ਹੈ, ਰਾਮ ਜੀ ਨੇ ਕਿੰਨੇ ਵੀ ਦੁੱਖ ਸਹਿਣ ਕਰਕੇ ਪਰਜਾ ਨੂੰ ਸੰਤੁਸ਼ਟ ਕਰਨਾ ਚਾਹਿਆ, ਪਰ ਪਰਜਾ ਤਾਂ ਵੀ ਸੰਤੁਸ਼ਟ ਨਹੀਂ ਹੋਈ। ਹੈਂਜੀ, ਕਿੰਨੇ ਦੁੱਖ ਸਹਿਣ ਕਰਕੇ ਵੀ ਪਰਜਾ ਨੂੰ ਸੰਤੁਸ਼ਟ ਕਰਨਾ ਚਾਹਿਆ, ਪਰਜਾ ਤਾਂ ਵੀ ਨਹੀਂ ਖੁਸ਼ ਹੋਈ ਸੰਤੁਸ਼ਟ ਹੋਈ। ਕਹਿੰਦੇ ਲੋਕਾਂ ਨੂੰ ਖੁਸ਼ ਕਰਨ ਦੇ ਚੱਕਰ 'ਚ ਕਦੀ ਵੀ ਆਪਣੇ ਆਪ ਨੂੰ ਦੁਖੀ ਨਾ ਕਰੋ, ਆਹ ਹੈ ਕਹਿੰਦੇ ਅੰਤਮ ਗਿਆਨ। ਦੂਜਿਆਂ ਨੂੰ ਖੁਸ਼ ਕਰਨ ਦੇ ਚੱਕਰ ਵਿੱਚ ਆਪ ਦੁਖੀ ਨਾ ਹੋਵੋ, ਅਸੀਂ ਤਾਂ ਦੂਜਿਆਂ ਨੂੰ ਖੁਸ਼ ਕਰਦੇ ਹਾਂ, ਹਾਏ ਕਿਤੇ ਫਲਾਣਾ ਨਾਰਾਜ਼ ਨਾ ਹੋ ਜੇ, ਫਲਾਣਾ ਨਾਰਾਜ਼ ਨਾ ਹੋ ਜੇ, ਉਹਦੀ ਗੱਲ ਇੱਦਾਂ ਮੈਂ ਮੰਨ ਲਾਂ ਉਹਦੀ। ਚਲੋ, ਇਹ ਸਿੱਖ ਦਾ ਧਰਮ ਹੈ, ਫਰਜ਼ ਹੈ ਹਰੇਕ ਦੀ ਅਸੀਸ ਲੈਣੀ, ਖੁਸ਼ੀ ਲੈਣੀ, ਪਰ ਜੇ ਕੋਈ ਜਾਣ ਬੁੱਝ ਕੇ ਉੱਪਰ ਚੜ੍ਹਦਾ ਜਾਏਗਾ, ਜਾਣ ਬੁੱਝ ਕੇ ਕੋਈ ਚੜ੍ਹ ਕੇ ਆ ਜਾਏਗਾ, ਕੀ ਕਰ ਲਓਗੇ ਤੁਸੀਂ? ਹੈਂਜੀ, ਜਾਣ ਬੁੱਝ ਕੇ ਤੁਹਾਡੀ ਹਰ ਗੱਲ ਨੂੰ ਕੱਟੀ ਜਾਏਗਾ, ਹਰ ਗੱਲ ਦੇ ਉੱਤੇ ਨਿੰਦਿਆ ਦਾ ਵਿਸ਼ਾ ਬਣਾਏਗਾ, ਫਿਰ ਗੁਰੂ ਨਾਨਕ ਵਰਗੀ ਨੀਤੀ ਅਪਣਾਉਣੀ। ਬਾਬਾ ਨਾਨਕ ਜੀ ਲੇਟੇ ਸੀ ਬਚਪਨ ਦੀ ਉਮਰ 'ਚ, ਅਤੇ ਜਿਵੇਂ ਬੰਦਾ ਕਈ ਵਾਰੀ ਥੱਕ ਜਾਂਦਾ ਅਤੇ ਇੱਦਾਂ ਕਰਕੇ ਲੇਟ ਜਾਂਦਾ ਨਾ, ਇੱਦਾਂ ਬਾਬਾ ਇੱਦਾਂ ਲੇਟਿਆ, ਅਤੇ ਦੋ ਬੀਬੀਆਂ ਲੰਘਦੀਆਂ ਜਾ ਰਹੀਆਂ, ਕਹਿੰਦੀ ਵੇਖ ਤੇ ਸਹੀ ਕਾਲੂ ਦੇ ਪੁੱਤ ਨੂੰ, ਇੱਕ ਪਾਸੇ ਸਾਧ ਬਣਿਆ ਫਿਰਦਾ, ਦੂਜੇ ਪਾਸੇ ਸਰਾਣੇ ਪਾਲਦਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਅਤੇ ਮਹਾਰਾਜ ਨੇ ਜਦੋਂ ਸੁਣੀ ਗੱਲ, ਮਹਾਰਾਜ ਕਹਿੰਦੇ ਸਾਡੇ ਕਰਕੇ ਇਹਨਾਂ ਦਾ ਦਿਲ ਦੁੱਖਦਾ, ਮਹਾਰਾਜ ਨੇ ਹੱਥ ਕੱਢਤਾ, ਨਾਲ ਹੀ ਇੱਕ ਬੋਲ ਪਈ, ਕਹਿੰਦੀ ਵੇਖਤੇ ਸੀ ਕਿੰਨੀ ਆਕੜ ਕਿੰਨਾ ਹੰਕਾਰ ਚੜ੍ਹਿਆ, ਅਸੀਂ ਅਜੇ ਕਿਹਾ ਨਾਲੇ ਹੱਥ ਕੱਢ ਛੱਡਿਆ ਸੋ। ਹੈਂਜੀ, ਮਹਾਰਾਜ ਕਹਿੰਦੇ ਲੈ ਹੱਥ ਰੱਖਿਆ ਤਾਂ ਵੀ ਇਹਨਾਂ ਨੂੰ ਤਕਲੀਫ, ਕੱਢ ਦਿੱਤਾ ਤਾਂ ਵੀ, ਅਤੇ ਮਹਾਰਾਜ ਨੇ ਹੁਣ ਕੀਤਾ ਕਿ ਦੋਵਾਂ ਵੱਲੋਂ ਪਿੱਠ ਕਰ ਲਈ ਸੀ। ਸਾਨੂੰ ਉਸ ਵੇਲੇ ਸਿਖਾਇਆ, ਉਹ ਦੁਨੀਆਂ ਖੁਸ਼ ਨਹੀਂ ਹੋਣ ਲੱਗੀ, ਦੁਨੀਆਂ ਨਹੀਂ ਖੁਸ਼ ਹੋਣ ਲੱਗੀ, ਤੂੰ ਸੂਰਜ ਵੱਲ ਮੂੰਹ ਕਰ, ਪਰਛਾਵੇਂ ਦੇ ਮਗਰ ਲੱਗਾ ਫਿਰੇਗਾ ਨਾ, ਪਰਛਾਵਾਂ ਕਦੀ ਹੱਥ 'ਚ ਨਹੀਂ ਆਏਗਾ, ਤੂੰ ਅੱਗੇ ਪਰਛਾਵਾਂ ਹੋਰ ਅੱਗੇ, ਤੂੰ ਅੱਗੇ ਪਰਛਾਵਾਂ ਹੋਰ ਅੱਗੇ, ਉਹ ਤੂੰ ਸੂਰਜ ਵੱਲ ਮੂੰਹ ਕਰ ਲੈ, ਸੂਰਜ ਵੱਲ ਮੂੰਹ। ਸੂਰਜ ਕੌਣ? ਤੇਰਾ ਪਿਓ, ਤੇਰਾ ਪਿਤਾ, ਤੇਰਾ ਗੁਰੂ, ਤੇਰਾ ਪਰਮੇਸ਼ਰ, ਤੇਰਾ ਨਿਰੰਕਾਰ ਮਾਲਕ ਸੂਰਜ, ਤੂੰ ਉਹਦੇ ਵੱਲ ਮੂੰਹ ਕਰ। ਜਦੋਂ ਉਹਦੇ ਵੱਲ ਮੂੰਹ ਕਰੇਗਾ ਨਾ, ਆ ਧਨ ਦੌਲਤ ਮਾਇਆ ਦੁਨੀਆਂ ਆਹ ਚੀਜ਼ਾਂ ਸਭ ਚੀਜ਼ਾਂ ਤੇਰੇ ਮਗਰੇ ਲੱਗੀਆਂ ਤੁਰਨਗੀਆਂ। ਜਦੋਂ ਬੰਦਾ ਸੂਰਜ ਵੱਲ ਮੂੰਹ ਕਰਦਾ ਨਾ, ਪਰਛਾਵਾਂ ਪਿੱਠ ਪਿੱਛੇ ਆ ਜਾਂਦਾ, ਪਰਛਾਵੇਂ ਦੇ ਮਗਰ ਲੱਗਣਾ ਛੱਡੀਏ ਜੀ, ਸੂਰਜ ਵੱਲ ਮੂੰਹ ਕਰਕੇ ਰੱਖੀਏ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਬਾਪੂ ਨੇ ਸਾਨੂੰ ਆਹ ਸਿਖਾਇਆ, ਅੱਜ ਜਿਹੜਾ
ਅੰਮ੍ਰਿਤ ਦੀ ਦਾਤ ਸਾਡੀ ਝੋਲੀ 'ਚ ਪਾਈ ਨਾ, ਖਾਲਸਾ ਪੰਥ ਸਾਜਿਆ, ਸਾਨੂੰ ਆ ਸਿਖਾਇਆ, ਸੂਰਜ ਵੱਲ ਮੂੰਹ ਕਰੋ, ਇੱਕ ਦੇ ਉਪਾਸ਼ਕ ਬਣ ਜਾਓ, ਜਗ੍ਹਾ ਜਗ੍ਹਾ 'ਤੇ ਭਟਕਣਾ ਛੱਡੋ। ਜਿਹੜਾ ਘੱਟ ਘੱਟ ਵਿੱਚ ਵੱਸ ਰਿਹਾ, ਘੱਟ ਘੱਟ ਵਿੱਚ ਰਮਿਆ ਹੋਇਆ, ਉਹਦੀ ਉਪਾਸਨਾ ਕਰੋ, ਉਹਦੇ ਆਸ਼ਕ ਬਣੋ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਥੱਕ ਗਏ ਹੋ? ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨੇ ਜੀ, ਧੰਨ ਬਾਬਾ ਦੀਪ ਸਿੰਘ ਜੀ। ਆਪ ਸਵਰੋ, ਪਰਿਵਾਰ ਸਵਾਰੋ, ਸਮਾਜ ਆਪੇ ਹੀ ਸਵਰ ਜਾਏਗਾ। ਪਿਆਰ ਨਾਲ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਬੜੇ ਪਿਆਰ ਦੇ ਵਿੱਚ, ਅੱਜ ਖਾਲਸੇ ਪੰਥ ਦਾ ਸਾਜਨਾ ਦਿਵਸ, ਅਤੇ ਸਾਰੀ ਸੰਗਤ ਪਿਆਰ ਨਾਲ ਮੇਰੇ ਨਾਲ ਨਾਲ ਇਹ ਪੜਿਓ, ਕੋਈ ਰਸਨਾ ਵੰਝੀ ਨਾ ਰਹੇ। ਅੱਜ ਵੇਖੋ ਕਿੰਨੇ ਪਿਆਰੇ ਲੱਗ ਰਹੇ ਤੁਸੀਂ ਸਾਰੇ, ਕਿੰਨੇ ਸੋਹਣੇ ਲੱਗ ਰਹੇ ਤੁਸੀਂ ਸਾਰੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਭੈਣਾਂ ਵੀ ਤਕਰੀਬਨ ਇੱਕੋ ਲਿਬਾਸ 'ਚ, ਵੀਰਾਂ ਨੇ ਵੀ ਬਹੁਤਿਆਂ ਨੇ ਕੇਸਰੀ ਦਸਤਾਰਾਂ, ਨਾਲ ਜਿਹੜੇ ਦੂਜੇ ਨੇ ਜਿਨ੍ਹਾਂ ਦੇ ਕੇਸ ਨਹੀਂ, ਉਹਨਾਂ ਨੇ ਪਿਆਰ 'ਚ ਕੇਸਲੀ ਰੁਮਾਲ ਸਜਾਏ ਹੋਏ, ਇੱਕੋ ਲਿਬਾਸ ਵਿੱਚ ਕਿੱਡਾ ਪਿਆਰਾ ਹੀ ਲੱਗ ਰਿਹਾ ਮਾਹੌਲ। ਅਤੇ ਆਓ, ਮਾਲਕ ਪਿਤਾ ਜੀ ਸਾਡੇ ਬੈਠੇ ਨੇ, ਅਤੇ ਅੱਜ ਖਾਲਸੇ ਪੰਥ ਦਾ ਸਾਜਨਾ ਦਿਵਸ, ਅਤੇ ਸਾਰੀ ਸੰਗਤ ਪਿਆਰ ਦੇ ਵਿੱਚ ਕਿਰਪਾ ਕਰਿਓ, ਕੋਈ ਰਸਨਾ ਵੰਝੀ ਨਾ ਰਹੇ ਜੀ। ਪ੍ਰਗਟੇ ਓ ਖਾਲਸਾ ਪਰਮਾਤਮ ਕੀ ਮਾਜ, ਪ੍ਰਗਟੇ ਓ ਖਾਲਸਾ ਪਰਮਾਤਮ ਕੀ ਮਾਜ, ਪ੍ਰਗਟੇ ਓ ਖਾਲਸਾ ਪਰਮਾਤਮ ਕੀ ਮਾਜ, ਪਰਮਾਤਮ ਕੀ ਮਾਜ, ਪ੍ਰਗਟੇ ਓ ਖਾਲਸਾ ਪਰਮਾਤਮ ਕੀ ਮਾਜ, ਪਰਮਾਤਮ ਕੀ ਮਾਜ। ਪੜੋ, ਪ੍ਰਗਟੇ ਓ ਖਾਲਸਾ ਪਰਮਾਤਮ ਕੀ ਮਾਜ, ਪ੍ਰਗਟੇ ਓ ਖਾਲਸਾ ਪਰਮਾਤਮ ਕੀ ਮਾਜ, ਪ੍ਰਗਟੇ ਓ ਖਾਲਸਾ ਪਰਮਾਤਮ ਕੀ ਮਾਜ, ਪਰਮਾਤਮ ਕੀ ਮਾਜ। ਸਰ ਪੜੋ, ਪ੍ਰਗਟੇ ਖਾਲਸਾ ਪਰਮਾਤਮ ਕੀ ਮਾਜ, ਪਰਮਾਤਮ ਕੀ ਮਾਜ। ਖਾਲਸਾ ਅਕਾਲ ਪੁਰਖ ਕੀ ਫਾਜ, ਪ੍ਰਗਟੇ ਓ ਖਾਲਸਾ ਪਰਮਾਤਮ ਕੀ ਮਾਜ, ਪੜੋ।
ਖਾਲਸਾ ਅਕਾਲ ਪੁਰਖ ਕੀ ਫਾਜ ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ ਪਰਮਾਤਮ ਕੀ ਮੌਜ ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ ਪਰਮਾਤਮ ਕੀ ਮੌਜ ਬੋਲੋ ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ ਪਰਮਾਤਮ ਕੀ ਮੌਜ ਜਬ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦਿਓ ਮੈਂ ਸਾਰਾ ਜਬ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦਿਓ ਮੈਂ ਸਾਰਾ ਜਬ ਇਕ ਹੈ ਬਿਪਰਨ ਕੀ ਰੀਤ ਮੈਂ ਨਾ ਕਰੋ ਇਨਕੀ ਪਰਤੀਤ ਇਨਕੀ ਪਰਤੀਤ ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ ਪਰਮਾਤਮ ਕੀ ਮੌਜ ਬੜਾ ਸਾਰੇ ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ ਪਰਮਾਤਮ ਕੀ ਤਨ ਗੁਰੂ ਗੋਬਿੰਦ ਸਿੰਘ ਸਾਹਿਬ 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 ਕਰੋਗੇ ਕਿਰਪਾ ਦਾਸ ਮੇਰੇ ਤੋਂ ਬਾਅਦ ਵੀਰ ਫਿਰ ਸਾਰੀ ਸੰਗਤ ਭੈਣਾਂ ਵੀ ਤੇ ਵੀਰ ਵੀ ਇਕੱਠੇ ਫਿਰ ਗੱਜ ਕੇ
ਇੱਕ ਇੱਕ ਚੋਂ ਪੰਜਾਂ ਪੰਜਾਂ ਦੀ ਆਵਾਜ਼ ਆਵੇ ਗੱਜ ਕੇ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਧੰਨ ਗੁਰੂ ਗੋਬਿੰਦ ਬੋਲੋ ਗੱਜ ਕੇ, ਧੰਨ ਗੁਰੂ ਭੈਣੋ ਗੱਜ ਕੇ, ਧੰਨ ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੋ ਕਰੋ ਨਿਵਾਸ, ਖਾਲਸਾ ਮੇਰੋ ਮੁਖ ਹੈ ਅੰਗਾ, ਖਾਲਸੇ ਕੇ ਹੋ ਸਤ ਸਤ ਸੰਗਾ, ਖਾਲਸਾ ਮੇਰੋ ਇਸ਼ਟ ਸੁਹਿਰਦ, ਖਾਲਸਾ ਮੇਰੋ ਕਹੀਅਤ ਬਿਰਦ, ਖਾਲਸਾ ਮੇਰੋ ਪਸ਼ਿਅਰ ਪਾਤ, ਖਾਲਸਾ ਮੇਰੋ ਸੁਖ ਅਹਿਲਾਦ, ਖਾਲਸਾ ਮੇਰੋ ਮਿੱਤਰ ਸਖਾਈ। ਦੇਖੋ ਕਿੰਨਾ ਮਾਣ ਖਾਲਸੇ ਨੂੰ ਦੇ ਰਹੇ ਪਾਤਸ਼ਾਹ। ਖਾਲਸਾ ਮੇਰੋ ਮਿੱਤਰ ਸਖਾਈ, ਖਾਲਸਾ ਮਾਤ ਪਿਤਾ ਸੁਖਦਾਈ, ਖਾਲਸਾ ਮੇਰੀ ਸ਼ੋਭਾ ਸੀਲ, ਖਾਲਸਾ ਪੰਥ ਸਖਾ ਸਦ ਡੀਲ, ਖਾਲਸਾ ਮੇਰੀ ਜਾਤ ਅਰਪਤ, ਖਾਲਸੇ ਸੋ ਮੋਕੋ ਉਤਪਤ, ਖਾਲਸਾ ਮੇਰੋ ਭਵਨ ਭੰਡਾਰ, ਖਾਲਸੇ ਕਰ ਮੇਰੋ ਸਤਕਾਰ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਧੰਨ ਗੁਰੂ ਗੋਬਿੰਦ ਸੈਣਾ ਮੇਰੀਆਂ ਬੋਲੋ, ਧੰਨ ਗੁਰੂ ਗੱਜ ਕੇ ਥੋੜਾ ਭੈਣੋ। ਕਲਗੀਆਂ ਵਾਲੇ ਬਾਜਾਂ ਵਾਲੇ, ਕਲਗੀਆਂ ਵਾਲੇ ਬਾਜਾਂ ਵਾਲੇ ਜੀ, ਕਲਗੀਆਂ ਵਾਲੇ ਬਾਜਾਂ ਵਾਲੇ, ਕਲਗੀਆਂ ਵਾਲੇ ਬਾਜਾਂ ਵਾਲੇ ਜੀ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, 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 ਖਾਲਸਾ ਮੇਰੋ ਸਵਜਨ ਪਰਿਵਾਰ, ਖਾਲਸਾ ਮੇਰੋ ਕਰਤ ਉਧਾਰ, ਖਾਲਸਾ ਮੇਰੋ ਪਿੰਡ ਪ੍ਰਾਣ, ਖਾਲਸਾ ਮੇਰੀ, ਖਾਲਸਾ ਮੇਰੀ ਬੋਲੋ, ਖਾਲਸਾ ਮੇਰੀ ਜਾਨ ਕੀ ਜਾਨ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, 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 ਮਾਨ ਮਹੱਤ ਮੇਰੋ ਖਾਲਸਾ ਸਹੀ, ਖਾਲਸਾ ਮੇਰੋ ਸਵਾਰਥ ਕਹੀ, ਖਾਲਸਾ ਮੇਰੋ ਕਰੇ ਨਿਰਵਾਹ, ਖਾਲਸਾ ਮੇਰੋ ਦੇ ਅਰਸਾ, ਖਾਲਸਾ ਮੇਰੋ ਧਰਮ ਅਰ ਕਰਮ, ਖਾਲਸਾ ਮੇਰੋ ਭੇਦ ਨਿਜ ਮਰਮ, ਖਾਲਸਾ ਮੇਰੋ ਸਤਿਗੁਰ ਪੂਰਾ, ਖਾਲਸਾ ਮੇਰੋ ਸਵਜਨ ਸੂਰਾ, ਖਾਲਸਾ ਮੇਰੋ ਬੁੱਧ ਅਰ ਗਿਆਨ, ਖਾਲਸੇ ਕਾਹ
ਤਰੋ ਧਿਆਨ ਉਪਮਾ ਖਾਲਸੇ ਜਾਤ ਨਾ ਕਹੀ ਜੇ ਮਾਂ ਏਕ ਪਾਰ ਨਹਿ ਲਈ ਤਨ ਗੁਰ ਗੋਬਿੰਦ ਸਿੰਘ ਸਾਹਿਬ ਤਨ ਗੁਰੂ ਗੋਬਿੰਦ ਸਿੰਘ ਸਾਹਿਬ ਤਨ ਗੁਰੂ ਗੋਬਿੰਦ ਤਨ ਗੁਰੂ ਗੋਬਿੰਦ ਸਿੰਘ ਸਾਹਿਬ ਕਲਗੀਆਂ ਵਾਲੇ ਪਜਾ ਵਾਲੇ ਕਲਗੀਆਂ ਵਾਲੇ ਪਜਾ ਵਾਲੇ ਕਲਗੀਆਂ ਵਾਲੇ ਸ਼ੇਸ਼ ਰਸਨ ਸਾਰਦ ਸੀ ਬੁੱਧ ਤਦਪਨਾ ਉਪਮਾ ਬਰਨਤ ਸੁਧ ਯਾ ਮੈਂ ਰੰਚ ਨਾ ਮਿਥਿਆ ਭਾਖੀ ਪਾਰ ਬਰਮ ਗੁਰ ਨਾਨਕ ਸਾਖੀ ਰੋਮ ਰੋਮ ਰਸਨਾ ਜੋ ਪਾਵੋ ਤਦਪਨਾ ਖਾਲਸੇ ਜਸ ਤਰਾਵੋ ਹਉ ਖਾਲਸੇ ਕਾ ਖਾਲਸਾ ਮੇਰੋ ਓਤ ਪੋਤ ਸਾਗਰ ਪੁੰਨ ਤੇਰੋ ਤਨ ਗੁਰੂ ਗੋਬਿੰਦ ਸਿੰਘ ਸਾਹਿਬ 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 ਕਲਗੀਆਂ ਵਾਲੇ ਬਾਜਾਂ ਵਾਲੇ ਕਲਗੀਆਂ ਵਾਲੇ ਬਾਜਾਂ ਵਾਲੇ ਜੀ ਕਲਗੀਆਂ ਵਾਲੇ ਉਹ ਬਾਜਾਂ ਵਾਲੇ ਗੁਰੂ ਵਾਹਿਗੁਰੂ 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 ਸਾਰੇ ਵਾਹਿਗੁਰੂ 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 ਪ੍ਰਗਟਿਓ ਖਾਲਸਾ ਪਰਮਾਤਮ ਕੀ ਮਾਜ ਪ੍ਰਗਟਿਓ ਖਾਲਸਾ ਪਰਮਾਤਮ ਕੀ ਮਾਜ ਪਰਮਾਤਮ ਕੀ ਮਾਜ ਬੋਲੋ ਸਾਰੇ ਵਾਹ ਵਾਹ ਸ੍ਰੀ ਅਕਾਲ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਪਿਓਰ ਨ ਲੱਖੋ ਨ ਜੀ ਧੰਨ ਬਾਬਾ ਦੀਪ ਸਿੰਘ ਜੀ ਆਓ ਬੜੇ ਪਿਆਰ ਚ ਅੱਜ ਬਾਜਾਂ ਵਾਲੇ ਮਾਈ ਤੋਂ ਜਿੰਨਾ ਵਾਰ ਨੇ ਬਲਿਹਾਰ ਨੇ ਜਾ ਸਕਦੇ ਹੋ ਨਾ ਜਾਓ ਜਿੰਨਾ ਵੀ ਜਿੰਨੀਆਂ ਵਡਿਆਈਆਂ ਕਰ ਸਕਦੇ ਹੋ ਕਰੋ ਹੈਂਜੀ ਅੱਜ ਬੜਾ ਵੱਡਾ ਦਿਨ ਅੱਜ ਦੇ ਦਿਨ 1699 ਦੀ ਵਿਸਾਖੀ 'ਤੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਇਹ ਖਾਲਸਾ ਪੰਥ ਦੀ ਸਾਜਨਾ ਕੀਤੀ ਆਖੋ ਧੰਨ ਗੁਰੂ ਗੋਬਿੰਦ ਸਿੰਘ ਜੀ ਧੰਨ ਗੁਰੂ ਗੋਬਿੰਦ ਸਿੰਘ ਜੀ ਸਾਰੇ ਆਖੋ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਪੰਜ ਪਿਆਰੇ ਥਾਪਣ ਤੋਂ ਬਾਅਦ ਉਹਨਾਂ ਕੋਲੋਂ ਆਪ ਫਿਰ ਅੰਮ੍ਰਿਤ ਦੀ ਦਾਤ ਲਈ ਇਹ ਸੁਣਿਓ ਇਹ ਤੇ ਮਰਿਆਦਾ ਬਣਾਈ ਮਾਰੇ ਨੇ ਕੋਈ ਬੇਅੰਮ੍ਰਿਤੀ ਆ ਅੰਮ੍ਰਿਤ ਨਹੀਂ ਛਕਾ ਸਕਦਾ ਦੱਸੋ ਪੰਜ ਪਿਆਰਿਆਂ ਨੇ ਅੰਮ੍ਰਿਤ ਨਹੀਂ ਛਕਿਆ ਹੋਏਗਾ ਕਿੱਥੋਂ ਬਣ ਜਾਣਗੇ ਪਿਆਰੇ ਕਿੱਥੋਂ ਛਕਾ ਲੈਣਗੇ ਅੰਮ੍ਰਿਤ
ਜਾਂ ਕੋਈ ਬੇਅਮ੍ਰਿਤੀ ਇੱਦਾਂ ਅੰਮ੍ਰਿਤ ਛਕਾ ਦੇਗਾ? ਨਹੀਂ। ਪਰ ਕਿੱਡੀ ਹੈਰਾਨਗੀ ਦੀ ਗੱਲ, ਪਹਿਲੇ ਮਹਾਰਾਜ ਨੇ ਪੰਜ ਪਿਆਰੇ ਥਾਪੇ, ਫਿਰ ਅੰਮ੍ਰਿਤ। ਅਤੇ ਮਹਾਂਪੁਰਖੇ ਸੋਝੀ ਦਿੰਦੇ ਸੀ, ਕਹਿੰਦੇ ਆਪ ਅਤੇ ਰੱਬ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਅੰਮ੍ਰਿਤ ਦੇ ਦਾਤੇ ਨੇ, ਰੋਮ ਰੋਮ ਵਿੱਚ ਅੰਮ੍ਰਿਤ ਵਰਸ ਰਿਹਾ ਉਹਨਾਂ ਦੇ, ਰੋਮ ਰੋਮ ਵਿੱਚ ਅੰਮ੍ਰਿਤ ਦਾ ਵਸ ਹੈ। ਅਤੇ ਉਹ ਅੰਮ੍ਰਿਤ ਦੇ ਦਾਤੇ ਨੇ ਆਪ ਪਹਿਲੇ ਅੰਮ੍ਰਿਤ ਛਕਾਇਆ ਉਹਨਾਂ ਦੇ ਅੰਦਰ, ਅਤੇ ਚੱਲ ਹੀ ਰਿਹਾ ਸੀ ਅੰਮ੍ਰਿਤ, ਉਹ ਅੰਮ੍ਰਿਤ ਰੂਪ ਨੇ। ਹੈਂਜੀ, ਆਖੋ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ। ਪੰਜਾਂ ਨੂੰ ਅੰਮ੍ਰਿਤ ਦੀ ਦਾਤ ਦਿੱਤੀ, ਫਿਰ ਪੰਜਾਂ ਕੋਲੋਂ ਆਪ ਅੰਮ੍ਰਿਤ ਦੀ ਦਾਤ ਲਈ, ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਸਾਹਿਬ ਬਣੇ। ਹੈਂਜੀ, ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਅਤੇ ਇੱਕ ਸਾਡੀ ਕੌਮ ਦੇ ਵਿੱਚ ਨਵੀਂ ਕ੍ਰਾਂਤੀ ਪੈਦਾ ਕੀਤੀ, ਨਵੀਂ ਕ੍ਰਾਂਤੀ, ਸਿੱਖ ਕੌਮ ਨੂੰ ਇੱਕ ਨਵਾਂ ਮੋੜ ਦਿੱਤਾ। ਨਵਾਂ ਮੋੜ ਪਤਾ ਕਿਹੜਾ? ਸੰਤ ਅਤੇ ਛਪਾਈ ਵਾਲਾ। ਹੈਂਜੀ, ਅੱਜ ਜਿੰਨਾ ਵਾਰ ਨੇ ਬਲਿਖਾਰਨੇ ਜਾ ਸਕਦੇ ਉਹਨਾਂ ਬਾਜਾਂ ਵਾਲੇ ਮਾਈ ਤੋਂ ਜਾਓ। ਆਓ ਦੂਜਾ ਸ਼ਬਦ, ਬੜੇ ਪਿਆਰ ਦੇ ਵਿੱਚ ਭਾਈ ਗੁਰਦਾਸ ਜੀ ਦੇ ਪਿਆਰੇ ਮਿੱਠੜੇ ਬੋਲ, ਸਾਰੀ ਸੰਗਤ ਬੋਲਿਓ ਜੀ। ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ, ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ। ਬੋਲੋ, ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ, ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ। ਸੰਗਤ ਬੋਲੇ, ਬੋਲੋ, ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ, ਵਾਹ 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 ਗੋਬਿੰਦ ਸਿੰਘ ਆਪੇ ਗੁਰ ਚੇਲਾ, ਆਪੇ ਗੁਰ ਚੇਲਾ, ਆਪੇ ਗੁਰ ਚੇਲਾ, ਆਪੇ ਗੁਰ ਚੇਲਾ, ਆਪੇ ਗੁਰ ਚੇਲਾ। ਪੜੋ, ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ, ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ। ਤਨ ਪਾਜਾਂ ਵਾਲਾ, ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ, ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ। ਹਰ ਸੱਚੇ ਤਖਤ ਰਚਾਇਆ ਸਤ ਸੰਗਤ ਮੇਲਾ, ਨਾਨਕ ਨਿਰਭਉ ਨਿਰੰਕਾਰ ਵਿੱਚ ਸਿੱਧਾ ਖੇਲਾ, ਹਰ ਸੱਚੇ ਤਖਤ ਰਚਾਇਆ ਸਤ ਸੰਗਤ ਮੇਲਾ, ਨਾਨਕ ਨਿਰਭਉ ਨਿਰੰਕਾਰ ਵਿੱਚ ਸਿੱਧਾ ਖੇਲਾ। ਪੜੋ, ਵਾਹ ਵਾਹ ਗੋਬਿੰਦ ਸਿੰਘ, ਗੋਬਿੰਦ ਸਿੰਘ, ਗੋਬਿੰਦ ਸਿੰਘ ਆਪੇ ਗੁਰ ਚੇਲਾ,
ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਸਾਰੇ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਗੁਰ ਸਿਮਰ ਮਨਾਈ ਕਾਲ ਕਾ ਖੰਡੇ ਕੀ ਵੇਲਾ ਪੀਵੋ ਪਾਹੁਲ ਖੰਡੇ ਤਾਰ ਹੋਏ ਜਨਮ ਸੁਹੇਲਾ ਗੁਰ ਸਿਮਰ ਮਨਾਈ ਕਾਲ ਕਾ ਖੰਡੇ ਕੀ ਵੇਲਾ ਪੀਵੋ ਪਾਹੁਲ ਖੰਡੇ ਤਾਰ ਹੋਏ ਜਨਮ ਸੁਹੇਲਾ ਬੋਲੋ ਵਾਹ ਵਾਹ ਗੋਬਿੰਦ ਗੋਬਿੰਦ ਸਿੰਘ ਗੋਬਿੰਦ ਸਿੰਘ ਆਪੇ ਗੁਰ ਚੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਗੁਰ ਸੰਗਤ ਕੀਨੀ ਖਾਲਸਾ ਮਨ ਮੁਖੀ ਦੁਹੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਗੁਰ ਸੰਗਤ ਕੀਨੀ ਖਾਲਸਾ ਮਨ ਮੁਖੀ ਦੁਹੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਵਾਹ ਵਾਹ ਗੋਬਿੰਦ ਗੋਬਿੰਦ ਸਿੰਘ ਗੋਬਿੰਦ ਸਿੰਘ ਆਪੇ ਗੁਰ ਚੇਲਾ ਪੜੋ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਤਨ ਗੁਰੂ ਕਲਗੀਆਂ ਵਾਲੇ ਤਨ ਗੁਰੂ ਬਾਜਾ ਵਾਲੇ ਤਨ ਗੁਰੂ ਕਲਗੀਆਂ ਵਾਲੇ ਤਨ ਗੁਰੂ ਬਾਜਾ ਵਾਲੇ ਬੋਲੋ ਸਾਰੀ ਸੰਗਤ ਤਨ ਗੁਰੂ ਕਲਗੀਆਂ ਤਨ ਗੁਰੂ ਬਾਜਾ ਵਾਲੇ ਤਨ ਗੁਰੂ ਨੀਲੇ ਵਾਲੇ ਤਨ ਗੁਰੂ ਫੌਜਾਂ ਵਾਲੇ ਤਨ ਗੁਰੂ ਨੀਲੇ ਵਾਲੇ ਤਨ ਗੁਰੂ ਫੌਜਾਂ ਵਾਲੇ ਸੰਗਤ ਬੋਲੇ ਤਨ ਗੁਰੂ ਨੀਲੇ ਆਪੇ ਗੁਰ ਚੇਲਾ ਆਪੇ ਗੁਰ ਚੇਲਾ ਬੋਲੋ
ਆਪੇ ਗੁਰ ਚੇਲਾ, ਆਪੇ ਗੁਰ ਚੇਲਾ। ਸੱਚਾ ਅਮਰ ਗੋਬਿੰਦ ਕਾ ਸੁਣ ਗੁਰੂ ਪਿਆਰੇ, ਸਤ ਸੰਗਤ ਮੇਲਾਪ ਕਰ ਪੰਚ ਦੂਤ ਸੰਗਾਰੇ, ਵਿੱਚ ਸੰਗਤ ਢੋਈ ਨਾ ਲਿਖਣ ਜੋ ਖਸਮ ਵਿਸਾਰੇ, ਗੁਰ ਸਿੱਖਾਂ ਮੱਥੇ ਉਜਲੇ ਸੱਚੇ ਦਰਬਾਰੇ, ਹਰ ਗੁਰ ਗੋਬਿੰਦ ਤੇ ਆਈ ਹੈ ਸਦ ਅੰਮ੍ਰਿਤ ਵੇਲਾ, ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ, ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਜੀ, ਵਾਹੋ ਵਾਹੋ ਗੋਬਿੰਦ ਸਿੰਘ ਜੀ, ਵਾਹੋ ਵਾਹੋ ਗੋਬਿੰਦ ਸਿੰਘ ਜੀ, ਵਾਹੋ ਗੋਬਿੰਦ ਸਿੰਘ ਜੀ, ਗੱਜ ਕੇ ਵਾਹੋ ਵਾਹੋ ਗੋਬਿੰਦ ਸਿੰਘ ਜੀ। ਉਹ ਕਲਗੀਆਂ ਵਾਲੇ ਗੋਬਿੰਦ ਸਿੰਘ ਜੀ, ਬਾਜਾਂ ਵਾਲੇ ਗੋਬਿੰਦ ਸਿੰਘ ਜੀ, ਕਲਗੀਆਂ ਵਾਲੇ ਗੋਬਿੰਦ ਸਿੰਘ, ਹੋਰ ਉੱਚੀ ਉੱਚੀ, ਬਾਜਾਂ ਵਾਲੇ ਗੋਬਿੰਦ ਸਿੰਘ ਜੀ। ਪਾਣ ਮੀਤ ਪਰਮਾਤਮਾ ਪੁਰਖੋਂ ਤਮ ਪੂਰਾ, ਪੋਖਨ ਹਾਰਾ ਪਾਤਸ਼ਾਹ ਹੈ ਪ੍ਰਤ ਪਾਲਣ ਯੂਰਾ, ਪਤਤੀ ਉਧਾਰਣ ਪ੍ਰਾਣ ਪਤ ਸਤ ਸਦਾ ਹਜੂਰਾ, ਵੈ ਪ੍ਰਗਟੇ ਪੁਰਖ ਭਗਵੰਤ ਰੂਪ ਗੁਰੂ ਗੋਬਿੰਦ ਸੂਰਾ, ਅਨੰਦ ਬਿਨੋਦੀ ਜੀ ਜਪ ਸੱਚ ਸੱਚੀ ਮੇਲਾ, ਵਾਹ ਵਾਹ ਗੋਬਿੰਦ ਸਿੰਘ ਬੋਲੋ, ਵਾਹ ਵਾਹ ਗੋਬਿੰਦ ਸਾਰੇ ਬੋਲੋ, ਵਾਹ ਵਾਹ ਗੋਬਿੰਦ ਸਾਰੇ ਗੱਜ ਕੇ, ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਜੀ, ਵਾਹੋ ਵਾਹੋ ਗੋਬਿੰਦ ਸਿੰਘ 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 ਜੀ। ਕਲਗੀਆਂ ਵਾਲੇ ਗੋਬਿੰਦ ਸਿੰਘ ਜੀ, ਉਹ ਬਾਜਾਂ ਵਾਲੇ ਗੋਬਿੰਦ ਸਿੰਘ ਜੀ, ਕਲਗੀਆਂ ਵਾਲੇ ਗੋਬਿੰਦ ਸਿੰਘ ਜੀ, ਬਾਜਾਂ ਵਾਲੇ ਗੋਬਿੰਦ ਸਿੰਘ ਜੀ, ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ, ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ, ਪੜੋ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ, ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ। ਗੁਰੂ ਵਾਹਿਗੁਰੂ, 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 ਵਾਹਿ ਗੱਜ ਕੇ ਵਾਹਿਗੁਰੂ, 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 ਵਾਹ। ਜੋ ਜਪ ਰਹੇ ਤੁਹਾਡੇ ਕੰਨ ਵੀ ਸੁਣਨ, ਗੁਰੂ ਵਾਹਿਗੁਰੂ, 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 ਵਾਹਿਗੁਰੂ,
ਵਾਹਿਗੁਰੂ 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 ਵਾਹਿ ਹੋਰ ਉੱਚੀ ਵਾਹਿਗੁਰੂ 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 ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਸਰ ਬੋਲੋ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਬੋਲੇ ਸੋਨਿਹਾਰ ਧੰਨ ਗੁਰੂ ਰਾਮਦਾਸ ਜੀ 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 ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ ਸਭ ਤੋਂ ਪਹਿਲਾਂ ਦੋਵੇਂ ਹੱਥ ਜੋੜ ਕੇ ਮੈਂ ਸਾਰੀ ਸੰਗਤ ਨੂੰ ਖਾਲਸਾ ਪੰਥ ਦੇ ਸਾਜਨਾ ਦਿਵਸ ਦੀਆਂ ਬੇਅੰਤ ਬੇਅੰਤ ਵਧਾਈਆਂ ਦੇਣਾ ਤੁਸੀਂ ਮੈਨੂੰ ਵਧਾਈ ਨਹੀਂ ਦੇਣੀ ਸਾਰੀਆਂ ਸੰਗਤਾਂ ਨੂੰ ਬੇਅੰਤ 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 ਵਧਾਈਆਂ ਅੱਜ ਦੀ ਇਹ ਵਧਾਈ ਸਾਡੇ ਘਰਾਂ ਦੇ ਵਿੱਚ ਲੋਕ ਪ੍ਰਲੋਕ ਦੇ ਸੁੱਖ ਲੈ ਕੇ ਆਵੇ ਲੋਕ ਪ੍ਰਲੋਕ ਦੀਆਂ ਦਾਤਾਂ ਦੇ ਨਾਲ ਵੱਧ ਕੇ ਆਵੇ ਇਹ ਮੇਰੀ ਅਰਦਾਸ ਹੈ ਤੋ ਅੱਜ ਜਿਹੜੀ ਮੈਂ ਬੇਨਤੀ ਕਰਨੀ ਆਖੋ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਅੱਜ ਜਿਹੜੀ ਮੈਂ ਬੇਨਤੀ ਕਰਨੀ ਅਸੀਂ ਤੁਸੀਂ ਨੇ ਹਿੰਦੁਸਤਾਨ ਹੀ ਨਹੀਂ ਪੂਰੀ ਸ੍ਰਿਸ਼ਟੀ ਵੀ ਚਾਹਵੇ ਬਾਜਾਂ ਵਾਲੇ ਮਾਈ ਦਾ ਸ਼ੁਕਰਾਨਾ ਕਰਨਾ ਜਿੰਨਾ ਮਰਜ਼ੀ ਯਤਨ ਕਰ ਲਏ ਕੋਈ ਸ਼ੁਕਰਾਨਾ ਵੀ ਨਹੀਂ ਕਰ ਸਕਦਾ ਸ਼ੁਕਰਾਨਾ ਵੀ ਜੋ ਜੋ ਦਾਤਾਂ ਦੇ ਨਾਲ ਬਾਜਾਂ ਵਾਲੇ ਮਾਈ ਨੇ ਸਾਨੂੰ ਨਵਾਜਿਆ ਆਖੋ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਜੋ ਜੋ ਬਖਸ਼ਿਸ਼ਾਂ ਨਾਲ ਨਵਾਜਿਆ ਨਾ ਕੋਈ ਸ਼ੁਕਰਾਨਾ ਕਰਨਾ ਹੀ ਚਾਹਵੇ ਨਾ ਉਹ ਵੀ ਨਹੀਂ ਕਰ ਸਕਦਾ ਸ਼ੁਕਰਾਨਾ ਹੀ ਕੋਈ ਕਵੇ ਮੈਂ ਵਡਿਆਈਆਂ ਕਰ ਕਰਕੇ ਮਹਾਰਾਜ ਦਾ ਅੰਤ ਪਾ ਲੈਣਾ ਨਾ ਮੁਮਕਿਨ ਗੱਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਗੁਰੂ ਰਾਮਦਾਸ ਜੀ ਧੰਨ ਬਾਬਾ ਦੀਪ ਸਿੰਘ ਜੀ ਸਾਧ ਸੰਗਤ ਜੀ ਜਦੋਂ ਵੀ ਅੰਮ੍ਰਿਤਸਰ ਸਾਹਿਬ ਆਓ ਜਿੰਨੀ ਵਾਰੀ ਵੀ ਆਓ ਇੱਕ ਵਾਰੀ ਜ਼ਰੂਰ ਬਾਬਾ ਦੀਪ ਸਿੰਘ ਚੈਰੀਟੇਬਲ ਟਰੱਸਟ ਦਾਤਾ ਬੰਦੀ ਛੋੜ ਪਬਲਿਕ ਸਕੂਲ ਰਾਮ ਤੀਰਥ ਰੋਡ ਵਿਖੇ ਚਰਨ ਪਾ ਕੇ ਜਾਓ
ਔਰ ਆਪਣੀਆਂ ਅੱਖਾਂ ਦੇ ਨਾਲ ਆ ਕੇ ਵੇਖੋ ਕਿਵੇਂ ਇੱਥੇ ਸੇਵਾਵਾਂ ਦਾ ਕੁੰਭ ਚੱਲ ਰਿਹਾ। ਇੱਥੇ ਪਿਆਰਿਓ ਦਾਤਾਬੰਦੀ ਛੋੜ ਪਬਲਿਕ ਸਕੂਲ ਚੱਲ ਰਿਹਾ, ਜਿਸ ਸਕੂਲ ਦੇ ਵਿੱਚ ਬੱਚਿਆਂ ਨੂੰ ਦੋਵੇਂ ਤਰ੍ਹਾਂ ਦੀ ਪੜ੍ਹਾਈ, ਗੁਰਮਤ ਦੀ ਪੜ੍ਹਾਈ ਵੀ ਔਰ ਦੁਨਿਆਵੀ ਪੜ੍ਹਾਈ ਵੀ ਕਰਵਾਈ ਜਾ ਰਹੀ। CBSE ਸਕੂਲ ਹੈ ਔਰ ਬਿਲਕੁਲ ਨੋਰਮਲ ਜੀਆਂ ਫੀਸਾਂ ਬੱਚਿਆਂ ਕੋਲੋਂ ਲਈਆਂ ਜਾਂਦੀਆਂ ਨੇ। ਇਸ ਤੋਂ ਇਲਾਵਾ ਇਸ ਜਗ੍ਹਾ ਦੇ ਉੱਤੇ ਬਾਬਾ ਦੀਪ ਸਿੰਘ ਹੈਲਥ ਕੇਅਰ ਚੈਰੀਟੇਬਲ ਹਸਪਤਾਲ ਚੱਲ ਰਿਹਾ, ਜਿਸ ਹਸਪਤਾਲ ਦੇ ਵਿੱਚ 20 ਰੁਪਏ ਦੀ ਪਰਚੀ ਦੇ ਵਿੱਚ 2 ਦਿਨ ਦੀ ਦਵਾਈ ਔਰ ਜਿੰਨੇ ਵੀ ਇਲਾਜ ਨੇ ਇੱਕੋ ਛੱਤ ਥੱਲੇ ਹੋ ਰਹੇ ਨੇ। ਦੰਦਾਂ ਦੇ ਇਲਾਜ, ਅੱਖਾਂ ਦੇ ਇਲਾਜ, ਅਲਟਰਾਸਾਊਂਡ, ਐਕਸਰੇ ਔਰ ਇਸ ਤੋਂ ਇਲਾਵਾ ਬੱਚਿਆਂ ਦੇ ਸਪੈਸ਼ਲਿਸਟ ਡਾਕਟਰ ਇੱਥੇ ਬੈਠਦੇ ਨੇ, ਸਕਿਨ ਦੇ ਸਪੈਸ਼ਲਿਸਟ ਡਾਕਟਰ ਇੱਥੇ ਬੈਠਦੇ ਨੇ ਔਰ ਜਿੰਨੇ ਵੀ ਇਲਾਜ ਨੇ ਇੱਕੋ ਛੱਤ ਦੇ ਥੱਲੇ ਬਿਲਕੁਲ ਲਾਗਤ ਮੁੱਲ ਦੇ ਨਾਲ ਹੋ ਰਹੇ। ਔਰ ਆਪਣੀਆਂ ਅੱਖਾਂ ਨਾਲ ਆ ਕੇ ਵੇਖੋ ਕਿਵੇਂ ਤੁਹਾਡੇ ਕਿਣਕੇ ਕਿਣਕੇ ਦੇ ਨਾਲ ਗੁਰੂ ਬਾਬਾ ਨਾਨਕ ਜੀ ਦੀ ਰਸੋਈ ਚੱਲ ਰਹੀ, ਜਿਸ ਰਸੋਈ ਦੇ ਰਾਹੀਂ ਤਕਰੀਬਨ 2500 ਤੋਂ ਵੀ ਵੱਧ ਪ੍ਰੇਮੀ ਰੋਜ਼ ਪ੍ਰਸ਼ਾਦਾ ਛਕਦੇ ਨੇ। ਇਸ ਤੋਂ ਇਲਾਵਾ ਗੁਰੂ ਬਾਬਾ ਨਾਨਕ ਜੀ ਦੀ ਚੱਲਦੀ ਫਿਰਦੀ ਰਸੋਈ, ਜਿਸ ਰਸੋਈ ਦੇ ਰਾਹੀਂ ਰੋਜ਼ਾਨਾ ਕਦੀ ਕਿਤੇ ਜਿੱਥੇ ਜਿੱਥੇ ਵੀ ਲੋੜ ਹੁੰਦੀ ਹੈ ਉਸ ਗੱਡੀ ਦੇ ਰਾਹੀਂ ਪ੍ਰਸ਼ਾਦਾ ਪਾਣੀ ਤਿਆਰ ਕਰਕੇ ਲੋੜਵੰਦ ਥਾਵਾਂ 'ਤੇ ਪਹੁੰਚਾਇਆ ਜਾਂਦਾ। ਇਸੇ ਸਥਾਨ ਦੇ ਉੱਤੇ ਬਾਬਾ ਦੀਪ ਸਿੰਘ ਫ੍ਰੀ ਟਿਫਨ ਸੇਵਾ ਚੱਲ ਰਹੀ, ਜਿਸ ਸੇਵਾ ਦੇ ਰਾਹੀਂ ਉਹ ਬਜ਼ੁਰਗ ਜਿਨ੍ਹਾਂ ਬਜ਼ੁਰਗਾਂ ਨੂੰ ਬੱਚਿਆਂ ਨੇ ਘਰੋਂ ਕੱਢ ਦਿੱਤਾ, ਅਸੀਂ ਜਿਹੜੇ ਸੁਣਦੇ ਹਾਂ ਰੋਜ਼, ਅਸੀਂ ਇਹੋ ਜਿਹੀ ਗਲਤੀ ਨਹੀਂ ਕਰਨੀ, ਪਰ ਜਿਨ੍ਹਾਂ ਨੇ ਅਣਜਾਣ ਪੁਣੇ ਦੇ ਵਿੱਚ ਇਹ ਗਲਤੀ ਕੀਤੀ, ਆਪਣੇ ਬਜ਼ੁਰਗਾਂ ਨੂੰ ਘਰੋਂ ਕੱਢ ਦਿੱਤਾ, ਪਿਆਰੇ ਉਹ ਖਾਣ ਨੂੰ ਉਹਨਾਂ ਦੇ ਕੋਲ ਕੁਝ ਨਹੀਂ, ਇੱਥੋਂ ਤੱਕ ਛੱਤ ਵੀ ਨਹੀਂ ਕਈਆਂ ਦੇ ਕੋਲ, ਉਹਨਾਂ ਦੇ ਘਰਾਂ ਦੇ ਵਿੱਚ ਦੁਪਹਿਰ ਦੇ ਵੇਲੇ ਟਿਫਨ ਵਿੱਚ ਪੈਕ ਕਰਕੇ 2 ਵੇਲੇ ਦਾ ਲੰਗਰ ਰੋਜ਼ ਪਹੁੰਚਾਇਆ ਜਾਂਦਾ। ਔਰ ਤੁਹਾਡੇ ਦਿੱਤੇ ਦਸਵੰਧ ਦੇ ਨਾਲ ਪਿਆਰੇ ਉਹ ਹਰ ਮਹੀਨੇ ਵਿਧਵਾ ਬੀਬੀਆਂ ਨੂੰ ਫ੍ਰੀ ਰਾਸ਼ਨ ਦੇਣ ਦੀ ਸੇਵਾ ਵੀ ਹੁੰਦੀ। ਔਰ ਇਸੇ ਸਥਾਨ ਦੇ ਉੱਤੇ ਬਾਬਾ ਦੀਪ ਸਿੰਘ ਜੀ ਗੁਰਮਤ ਗਿਆਨ ਸੰਗੀਤ ਅਕੈਡਮੀ ਚੱਲ ਰਹੀ, ਜਿਸ ਅਕੈਡਮੀ ਦੇ ਰਾਹੀਂ ਬੱਚਿਆਂ ਨੂੰ ਗੁਰਮਤ ਦੀ ਸਿੱਖਿਆ, ਤਬਲੇ ਦੀ ਸਿਖਲਾਈ, ਕੀਰਤਨ ਦੀ ਸਿਖਲਾਈ, ਗੁਰਬਾਣੀ ਦੀ ਸੰਥਿਆ, ਅੰਮ੍ਰਿਤ ਵੇਲਾ ਸੰਭਾਲਣਾ, ਸੰਧਿਆ ਦਾ ਸਮਾਂ ਸੰਭਾਲਣਾ, ਜੀਵਨ ਉੱਚਾ ਸੁੱਚਾ, ਕਿਰਦਾਰ ਉੱਚਾ ਸੁੱਚਾ ਕਿਵੇਂ ਕਰਨਾ, ਇਹ ਸਾਰੀ ਸਿੱਖਿਆ ਦਿੱਤੀ ਜਾਂਦੀ। ਔਰ ਇਸ ਤੋਂ ਇਲਾਵਾ ਜੋ ਤੁਸੀਂ ਕਿਣਕਾ ਦਿੰਦੇ ਹੋ, ਤੁਹਾਡੇ ਕਿਣਕੇ ਨਾਲ ਬਿਲਕੁਲ ਦੂਜਾ ਯੂਨਿਟ, ਬਿਲਕੁਲ ਨਾਲ ਹੀ ਰਾਮ ਤੀਰਥ ਰੋਡ ਦੇ ਬਿਲਕੁਲ ਨਾਲ ਹੀ ਦੂਸਰਾ ਯੂਨਿਟ ਜਿੱਥੇ ਜੀ ਦਿਆ ਪਰਵਾਨ ਪਾਰਕ ਦੀ ਉਸਾਰੀ ਚੱਲ ਰਹੀ, TV ਸਕਰੀਨ ਦੇ ਉੱਤੇ ਸਾਰੀਆਂ ਉਹ ਤਸਵੀਰਾਂ ਚੱਲ ਰਹੀਆਂ ਨੇ। ਇਹ ਜੀ ਦਿਆ ਪਰਵਾਨ ਪਾਰਕ ਦੇ ਵਿੱਚ ਜਿੱਥੇ ਪੰਛੀਆਂ ਨੂੰ ਦਾਣਾ ਪਾਉਣਾ, ਖਾਣਾ ਪਾਉਣਾ ਇਹ ਕੰਮ ਹੋਇਆ ਕਰੇਗਾ, ਉੱਥੇ ਬਿਮਾਰ ਪੰਛੀਆਂ ਦੇ ਇਲਾਜ ਦਾ ਹਸਪਤਾਲ ਵੀ। ਇਸੇ ਜਗ੍ਹਾ ਦੇ ਉੱਤੇ ਸਰਾਂ ਦੀ ਉਸਾਰੀ, ਕਿ ਜਦੋਂ ਵੀ ਸੰਗਤਾਂ ਬਾਹਰੋਂ ਆਉਣ, ਦਰਸ਼ਨ ਕਰਨ ਗੁਰੂ ਰਾਮਦਾਸ ਜੀ ਦੇ ਘਰ ਦੇ, ਬਾਬਾ ਦੀਪ ਸਿੰਘ ਜੀ ਦੇ ਘਰ ਦੇ, ਅਤੇ ਸੰਗਤਾਂ ਇੱਥੇ ਆ ਕੇ ਰਿਹਾਇਸ਼ ਕਰਨ, ਸਟੇਸ਼ਨ ਤੋਂ ਏਅਰਪੋਰਟ ਤੋਂ ਸੰਗਤਾਂ ਦੇ ਆਉਣ ਵਾਸਤੇ ਇੱਥੇ ਗੱਡੀਆਂ ਦਾ ਵੀ ਪ੍ਰਬੰਧ ਹੋ ਜਾਏਗਾ, ਜੋ ਗੱਡੀਆਂ ਤੁਹਾਨੂੰ ਬਾਅਦ ਵਿੱਚ ਦਰਬਾਰ ਸਾਹਿਬ ਦਰਸ਼ਨ ਕਰਾ ਕੇ ਫਿਰ ਇੱਥੇ ਲੈ ਆਇਆ ਕਰਨਗੀਆਂ, ਇਹ ਸਰਾਮ ਹੀ ਬਣ ਰਹੀ। ਇਸ ਤੋਂ ਇਲਾਵਾ ਇਸੇ ਸਥਾਨ 'ਤੇ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਨਾਮ ਦਾ ਵੱਡਾ ਗੁਰੂ ਘਰ ਗੁਰਦੁਆਰਾ ਸਾਹਿਬ ਵੀ, ਔਰ ਵੱਡਾ ਦੀਵਾਨ ਹਾਲ, ਜਿਸ ਦੀਵਾਨ ਹਾਲ ਦੇ ਵਿੱਚ 8 ਤੋਂ 10 ਹਜ਼ਾਰ ਸੰਗਤ ਦੇ ਪ੍ਰੇਮੀ ਬਹਿ ਸਕਣ, ਐਡਾ ਵਿਸ਼ਾਲ ਦੀਵਾਨ ਹਾਲ, ਉਹਦੀ ਵੀ ਕਾਰ ਸੇਵਾ ਪ੍ਰਾਰੰਭ ਹੋ ਚੁੱਕੀ ਹੈ। ਹੁਣ ਮੇਰੀ ਨਿਮਰਤਾ ਸਹਿਤ ਬੇਨਤੀ ਸੁਣਿਓ, ਇਹ ਜਿੰਨੀ ਵੀ ਕਾਰ ਸੇਵਾ ਚੱਲ ਰਹੀ ਹੈ ਇਹ ਹੋ ਤੁਹਾਡੇ ਕਿਣਕੇ ਨਾਲ, ਦਸਵੰਧ ਦੇ ਨਾਲ ਰਹੀ ਹੈ। ਔਰ ਇਹ ਮੇਰੀ ਬੇਨਤੀ ਪਿਆਰਿਓ, ਕੋਈ ਵੀ ਪ੍ਰੇਮੀ, ਕਈਆਂ ਦੇ ਮਨ ਦੇ ਅੰਦਰ ਭਾਵਨਾ ਹੁੰਦੀ ਹੈ ਸਾਡੇ ਬੱਚੇ ਦਾ ਜਨਮ ਦਿਨ ਜਾਂ ਸਾਡੀ ਮੈਰਿਜ ਐਨਵਰਸਰੀ ਹੈ, ਅਸੀਂ ਇੱਕ ਦਿਨ ਦੀ ਗੁਰੂ ਬਾਬਾ ਨਾਨਕ ਜੀ ਦੇ ਰਸੋਈ ਦੇ ਵਿੱਚ ਲੰਗਰ ਦੀ ਸੇਵਾ ਲੈਣੀ। ਔਰ ਇਸ ਤੋਂ ਇਲਾਵਾ
ਜੇ ਤੁਹਾਡੇ ਮਨ ਦੇ ਵਿੱਚ ਇਹ ਉਤਸ਼ਾਹ ਜਾਗੇ ਕਿ ਅਸੀਂ ਜੋ ਬਜ਼ੁਰਗਾਂ ਦੇ ਲਈ ਟਿਫਨ ਦੀ ਸੇਵਾ ਹੁੰਦੀ ਹੈ, ਦੋ ਵੇਲੇ ਦਾ ਲੰਗਰ ਜਾਂਦਾ ਟਿਫਨ ਵਿੱਚ ਪੈਕ ਹੋ ਕੇ, ਕੋਈ ਮਹੀਨੇ ਦੀ ਸੇਵਾ ਕਰਨੀ ਚਾਹੇ ਇੱਕ ਪਰਿਵਾਰ ਦੀ, ਜੋ ਆਪ ਜੀ ਮਹੀਨੇ ਦੀ ਸੇਵਾ ਵੀ ਆਪਣੀ ਝੋਲੀ 'ਚ ਪਵਾ ਸਕਦੇ ਹੋ। ਇਸ ਤੋਂ ਇਲਾਵਾ ਜਿਹੜੇ ਹਰ ਐਤਵਾਰ ਅਤੇ ਐਤਵਾਰ ਚੁਪਹਿਰਾ ਜਪ ਤਪ ਸਮਾਗਮ ਹੁੰਦੇ ਨੇ ਜਾਂ 27 ਤਰੀਕ ਨੂੰ ਚੁਪਹਿਰਾ ਹੁੰਦਾ, ਉਹਦੇ ਵਿੱਚ ਕੋਈ ਲੰਗਰਾਂ ਦੀ ਸੇਵਾ ਕਰਨੀ ਚਾਹੇ, ਅਤੇ ਇਸ ਤੋਂ ਇਲਾਵਾ ਪਿਆਰਿਓ ਜੇ ਤੁਹਾਡੇ ਮਨ ਦੇ ਵਿੱਚ ਆਵੇ, ਇੱਥੇ ਸਹਿਜ ਪਾਠਾਂ ਦਾ ਪ੍ਰਵਾਹ ਵੀ ਦਿਨੇ ਰਾਤ ਚੱਲਦਾ, ਤੁਹਾਡੇ ਮਨ 'ਚ ਆਵੇ ਕਿ ਅਸੀਂ ਖੁਸ਼ੀ ਦੇ ਵਿੱਚ ਕੋਈ ਸਹਿਜ ਪਾਠ ਕਰਵਾਉਣਾ, ਅਤੇ ਸਹਿਜ ਪਾਠ ਵੀ ਇਸ ਅਸਥਾਨ 'ਤੇ ਅਸੀਂ ਜਿਹੜੇ ਪ੍ਰੇਮੀ ਨੇ ਉਹਨਾਂ ਦਾ ਕਰਦੇ ਹਾਂ, ਮੇਰੀ ਬੇਨਤੀ ਹੈ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓ। ਔਰ ਜਿਹੜਾ ਬਾਬਾ ਦੀਪ ਸਿੰਘ ਜੀ ਦਾ ਵੱਡਾ ਦੀਵਾਨ ਹਾਲ ਬਣ ਰਿਹਾ, ਮੈਂ ਬੇਨਤੀ ਕਰਦਾ ਆ ਰਿਹਾ ਕਿ 1 ਤੇਰੀ ਦੀ 2 ਤੇਰੀਆਂ ਦੀ 5 ਤੇਰੀਆਂ ਦੀ 1300, ਭਾਵੇਂ 10 ਤੇਰੀਆਂ 100 ਤੇਰੀਆਂ, ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ ਹੈ ਨਾ, ਇਹ ਸਾਰੇ ਕਾਰਜ ਕਰੋੜਾਂ ਦੀ ਲਾਗਤ ਦੇ ਨਾਲ ਜੋ ਬਣ ਰਹੇ ਨੇ, ਅਤੇ ਇਹ ਉਦੋਂ ਹੀ ਪੋਸੀਬਲ ਨੇ ਸੇਵਾਵਾਂ ਜਦੋਂ ਤੁਸੀਂ ਪੂਰਾ ਸਹਿਯੋਗ ਦਿਓਗੇ, ਭਾਵੇਂ 1 ਤੇਰੀ 2 ਤੇਰੀਆਂ 50 ਤੇਰੀਆਂ 100 ਤੇਰੀਆਂ, ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ। ਇਸ ਵੇਲੇ ਆਪ ਜੀ ਫਿਰ ਆਪਣਾ ਦਸਵੰਦ, ਕਿਉਂਕਿ ਕਈ ਵਾਰੀ ਅਸੀਂ ਦਸਵੰਦ ਇਹੋ ਜਿਹੀਆਂ ਥਾਵਾਂ 'ਤੇ ਭੇਜਦੇ ਹਾਂ ਪਿਆਰਿਓ ਜਿੱਥੇ ਅੱਗੇ ਬੜੇ ਪ੍ਰਬੰਧ ਹੁੰਦੇ ਨੇ, ਅਸਲੀਅਤ ਦੇ ਵਿੱਚ ਦਸਵੰਦ ਦਿੱਤਾ ਉੱਥੇ ਥਾਂ ਪੈਂਦਾ ਜਿੱਥੇ ਸੱਚਮੁੱਚ ਲੋੜ ਹੈ। ਆਪਣੀਆਂ ਅੱਖਾਂ ਦੇ ਨਾਲ ਆ ਕੇ ਵੇਖੋ ਔਰ ਤੁਹਾਨੂੰ ਬੜੀ ਤਸੱਲੀ ਹੋਏਗੀ, ਜਦੋਂ ਵੇਖੋਗੇ ਸਾਡਾ ਦਿੱਤਾ ਕਿਣਕਾ ਸਹੀ ਟਿਕਾਣੇ ਲੱਗ ਰਿਹਾ, ਸਹੀ ਜਗ੍ਹਾ ਦੇ ਉੱਤੇ ਯੂਜ਼ ਹੋ ਰਿਹਾ। ਅਤੇ ਇਹ ਸਾਰੀਆਂ ਸੇਵਾਵਾਂ ਤੁਸੀਂ TV ਸਕਰੀਨ ਦੇ ਉੱਤੇ ਅਕਾਊਂਟ ਡਿਟੇਲਾਂ ਚੱਲ ਰਹੀਆਂ ਨੇ, ਇਹਨਾਂ ਅਕਾਊਂਟਾਂ ਦੇ ਵਿੱਚ ਸੇਵਾ ਪਾ ਕੇ ਆਪ ਜੀ ਸਕਰੀਨ ਦੇ ਉੱਤੇ ਚੱਲ ਰਹੇ ਨੰਬਰਾਂ ਦੇ ਉੱਤੇ ਸੰਪਰਕ ਕਰ ਸਕਦੇ ਹੋ ਕਿ ਅਸੀਂ ਇੰਨੀ ਸੇਵਾ ਟਰੱਸਟ ਨੂੰ ਪਾਈ ਹੈ ਤਾਂ ਜੋ ਤੁਹਾਨੂੰ ਸਮੇਂ ਸਿਰ ਰਸੀਦ ਔਰ ਸਤਿਕਾਰ ਜੋ ਅਸੀਂ ਭੇਜ ਸਕੀਏ। ਜ਼ਰੂਰੀ ਬੇਨਤੀ, ਵਿਦੇਸ਼ ਦੀਆਂ ਸੰਗਤਾਂ, ਇੰਡੀਆ ਤੋਂ ਬਾਹਰ ਦੀਆਂ ਸੰਗਤਾਂ ਬਾਬਾ ਦੀਪ ਸਿੰਘ ਚੈਰੀਟੇਬਲ ਟਰੱਸਟ ਹੇਠ ਚੱਲ ਰਹੇ ਇਹਨਾਂ ਕਾਰਜਾਂ ਦੇ ਵਿੱਚ ਸਹਿਯੋਗ ਦਸਵੰਦ ਦੇਣ ਲਈ ਇਹਨਾਂ ਨੰਬਰਾਂ 'ਤੇ ਸੰਪਰਕ ਕਰ ਸਕਦੀਆਂ ਨੇ ਜੀ। ਆਪਣੀ ਸੇਵਾ ਤੁਸੀਂ ਸਾਨੂੰ ਗੂਗਲ ਪੇ, ਪੇਟੀਐਮ, ਫੋਨਪੇ ਵੀ ਕਰ ਸਕਦੇ, ਉਹ ਨੰਬਰ ਵੀ ਤੁਹਾਡੇ TV ਸਕਰੀਨ 'ਤੇ ਚੱਲ ਰਿਹਾ, 98150 99513 98150 89513। ਮੇਰੀ ਬੇਨਤੀ, ਹਰ ਪਲ, ਹਰ ਘੜੀ, ਹਰ ਇੱਕ ਕਦਮ ਦੇ ਉੱਤੇ ਤੁਹਾਡੀਆਂ ਸੀਸਾਂ ਦੀ, ਤੁਹਾਡੀ ਬਖਸ਼ੀਸ਼ ਦੀ ਲੋੜ ਹੈ। ਔਰ ਮੋਢੇ ਨਾਲ ਮੋਢਾ ਜੋੜ ਕੇ ਜਦੋਂ ਤੁਸੀਂ ਸਾਥ ਦਿਓਗੇ, ਜਿਹੜਾ ਸਾਡਾ ਮਿਸ਼ਨ ਹੈ, ਆਪ ਸਵਰੋ ਪਰਿਵਾਰ ਸਵਾਰੋ ਸਮਾਜ ਆਪੇ ਹੀ ਸਵਰ ਜਾਏਗਾ। ਔਰ ਜਿਹੜਾ ਦੂਜਾ ਮਿਸ਼ਨ ਕਿ ਘੱਟ ਤੋਂ ਘੱਟ 113 ਥਾਵਾਂ ਦੇ ਉੱਤੇ ਇਹ ਯੂਨਿਟ ਖੁੱਲ੍ਹਣ, ਇਹ ਮਿਸ਼ਨ ਵਿੱਚ ਅਸੀਂ ਕਾਮਯਾਬ ਹੋ ਜਾਵਾਂਗੇ, ਪਰ ਹੋਵਾਂਗੇ ਉਦੋਂ ਹੀ ਜਦੋਂ ਤੁਸੀਂ ਪੂਰਾ ਆਪਣੇ ਪਰਿਵਾਰਕ ਮੈਂਬਰਾਂ ਦੇ ਵਾਂਗ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓਗੇ। ਇਹ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਜੀ, ਤਾਂ ਜੋ ਇਹ ਸੇਵਾਵਾਂ ਦੇ ਕਾਰਜ ਨਿਰੰਤਰਤਾਈ ਦੇ ਨਾਲ ਜਾਰੀ ਰਹਿ ਸਕਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਤਾਂ ਇਹ ਨਵੀਂ ਚਿੱਪ ਆ ਗਈ, ਜਿਹੜੇ ਲਾਈਵ ਤੁਸੀਂ ਵੇਖ ਰਹੇ ਹੋ, ਜਪਜੀ ਸਾਹਿਬ ਅਤੇ ਚੁਪਈ ਸਾਹਿਬ ਜੀ ਦਾ ਇਹਦੇ ਵਿੱਚ ਪਾਠ ਹੈ। ਨੰਬਰ 98759 09004 9875909004। ਇਹ ਨੰਬਰ ਦੇ ਉੱਤੇ ਸੰਪਰਕ ਕਰਕੇ ਤੁਸੀਂ ਆਪੋ ਆਪਣੇ ਘਰਾਂ 'ਚ ਕੋਰੀਅਰ ਦੇ ਰਾਹੀਂ ਇਹ ਚਿੱਪ ਮੰਗਵਾ ਸਕਦੇ ਹੋ। ਪਹਿਲੀਆਂ ਵੀ ਚਿੱਪਾਂ ਨੇ ਸੁਖਮਨੀ ਸਾਹਿਬ ਜੀ ਦਾ ਪਾਠ, ਹੋਰ ਅੰਮ੍ਰਿਤ ਵੇਲੇ ਦੀਆਂ
ਨਾਲ ਧੰਨ ਗੁਰੂ ਰਾਮਦਾਸ ਮੈਂ ਤੇਰਾ, ਬਾਬਾ ਦੀਪ ਸਿੰਘ ਮੈਂ ਤੇਰਾ। ਸੰਗਤਾਂ ਆਪ ਜੀ ਆਪੋ ਆਪਣੇ ਘਰਾਂ ਵਿੱਚ ਲਾਓ ਅਤੇ ਹਰ ਵੇਲੇ ਇਹ ਵਾਈਬ੍ਰੇਸ਼ਨ ਬਣੀ ਰਹਿੰਦੀ ਸਿਮਰਨ ਦੀ, ਬੰਦਗੀ ਦੀ। ਇਸ ਤੋਂ ਇਲਾਵਾ ਇਹ ਪੈਨ ਡਰਾਈਵ ਹੈ, ਇਹ ਪੈਨ ਡਰਾਈਵ ਨਵੀਂ ਆਈ ਹੈ ਜਿਹਦੇ ਵਿੱਚ ਅੰਮ੍ਰਿਤ ਵੇਲੇ ਦੇ ਕੀਰਤਨ ਨੇ, ਹੋਰ ਵੀ 4-5 ਪਹਿਲੀਆਂ ਪੈਨ ਡਰਾਈਵਾਂ ਨੇ। ਜਿਹੜਾ ਵੀ ਕੋਈ ਪ੍ਰੇਮੀ ਮੰਗਵਾਉਣਾ ਚਾਹੁੰਦਾ ਹੋਵੇ, ਨੰਬਰ ਉਹੀ ਹੈ ਜੋ ਟੀਵੀ ਸਕਰੀਨ 'ਤੇ ਵੀ ਚੱਲ ਰਿਹਾ, ਭਾਵੇਂ ਉਹਨਾਂ ਨੰਬਰਾਂ 'ਤੇ ਸੰਪਰਕ ਕਰ ਲਿਓ, ਅਤੇ ਜਿਹੜਾ ਮੈਂ ਬੋਲਿਆ 9879609004, ਭਾਵੇਂ ਉਹਦੇ 'ਤੇ ਸੰਪਰਕ ਕਰ ਲਿਓ। ਇਹ ਕਿਤਾਬ ਕੁਦਰਤ ਕੇ ਸਭ ਬੰਦੇ, ਚੌਥੀ ਕਿਤਾਬ ਹੈ ਦਾਸ ਵੱਲੋਂ ਲਿਖੀ ਹੋਈ, ਇਹ ਵੀ ਆਪ ਜੀ ਕੋਰੀਅਰ ਦੇ ਰਾਹੀਂ ਆਪੋ ਆਪਣੇ ਘਰਾਂ 'ਚ ਮੰਗਵਾ ਸਕਦੇ ਹੋ।